ਸ਼ਮਾਦਾਨ ਰੇਡੀਓ ਪੰਜਾਬ ਟੂਡੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਮੈਂ ਦਲਬੀਰ ਬਰਾੜ ਹਾਜ਼ਰ ਹਾਂ ਪ੍ਰੋਗਰਾਮ ਸ਼ਮਾਦਾਨ ਲੈ ਕੇ। ਅੱਜ ਦਿਨ ਹੈ ਜੀ ਮੰਗਲਵਾਰ ਅਤੇ ਮਈ ਮਹੀਨੇ ਦੀ 23 ਤਰੀਕ ਹੈ ਜੀ ਅਤੇ ਸਮਾਂ ਸਟੂਡੀਓ ਦੀ ਘੜੀ ਮੁਤਾਬਕ 6:30 ਦਾ ਅਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਜੀ। ਇਹ ਪ੍ਰੋਗਰਾਮ ਤੁਸੀਂ ਜਾਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਫ਼ਤੇ ਦੇ 5 ਦਿਨ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਜੀ। ਅਤੇ ਹੁਣ ਕੁਝ ਵਪਾਰਕ ਸੁਨੇਹੇ। ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਹੈ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਦੇ ਨਾਲ। ਨੰਬਰ ਹੈ ਜੀ 206-941-5454। ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟਸ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਨਾਲ 253-520-8887 'ਤੇ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਪਤਾ 24915-104 Avenue ਸਾਊਥ ਈਸਟ ਕੈਂਟ ਵਾਸ਼ਿੰਗਟਨ। ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ। TA ਮੰਡੇਰੇ ਦਾ ਰੀਫਰੈਸ਼ ਟਰੈਵਲ ਪਲਾਜ਼ਾ ਅਤੇ ਫਿਊਲ ਕਾਰਡ ਨਾ ਹੋਣ 'ਤੇ ਵੀ ਟਰੱਕਰਸ ਲਈ ਵੱਡੀ ਰਿਬੇਟ। ਇਸ ਤੋਂ ਇਲਾਵਾ ਦੇਸੀ ਘਿਓ 'ਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ 'ਤੇ ਖਾ ਸਕਦੇ ਹੋ। ਇੱਥੇ ਪੀਜ਼ਾ ਹੱਟ, KFC, ਫੈਟ ਬਰਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ। ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਵੀ ਆਨੰਦ ਮਾਣ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਜਾਂ ਸਚਿਨ ਮਲਿਕ ਹੋਰਾਂ ਨੂੰ। ਨੰਬਰ ਹੈ ਜੀ 559-903-4627 ਅਤੇ ਤੁਸੀਂ ਕਾਲ ਕਰ ਸਕਦੇ ਹੋ। ਸੀਐਟਲ 'ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਓਨਰ ਆਪਰੇਟਰ ਦੇ ਡਰਾਈਵਰ ਦੀ ਲੋੜ ਹੈ ਜੀ। ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਦੇ ਨਾਲ 253-266-6924 ਇਹਨਾਂ ਦਾ ਨੰਬਰ ਹੈ ਜੀ। ਵਪਾਰਕ ਸੁਨੇਹਿਆਂ ਤੋਂ ਬਾਅਦ ਸਮਾਂ ਜਿਹੜਾ ਹੈ ਸ਼ਮਾਦਾਨ ਦੇ ਵਿੱਚ ਹੁਣ ਹੋ ਗਿਆ ਜੀ। ਸਾਡੇ ਨਾਲ ਨੇ ਇਸ ਵਕਤ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਜੀ ਪੱਟੀ। ਪੱਟੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਸ਼ੁਕਰੀਆ ਜੀ ਮੇਰੇ ਵੱਲੋਂ, ਆਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਬੰਗਲੌਰ ਦੇ ਹਵਾਈ ਅੱਡੇ ਤੋਂ ਕਿਹਨੂੰ ਫੜ ਲਿਆ ਜੀ ਜਿਹੜਾ ਬੇਅਦਬੀ ਕਾਂਡ ਦੇ ਵਿੱਚ ਦੋਸ਼ੀ ਸੀਗਾ? ਕੀ ਹੈ ਇਹ ਪੂਰਾ ਮਾਮਲਾ? ਬੇਸਿਕਲੀ 1 June 2015 ਨੂੰ ਬਕਾਇਦਾ ਤੌਰ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚੋਂ ਇੱਕ ਬੀੜ ਚੋਰੀ ਹੁੰਦੀ ਹੈ। ਤੁਸੀਂ ਵੇਖੇ ਬੀੜ ਕੋਈ ਛੋਟੀ ਚੀਜ਼ ਨਹੀਂ, ਵੱਡੀ ਬੜੀ ਵੱਡੀ ਹੁੰਦੀ ਹੈ। ਉਹ ਬੀੜ ਚੋਰੀ ਹੋਣ ਤੋਂ ਜਿਹੜੇ ਉੱਥੋਂ ਦੇ ਲੋਕ ਨੇ ਉਹ ਥਾਣੇ ਜਾਂਦੇ ਨੇ ਬਕਾਇਦਾ ਤੌਰ ਤੇ FIR ਲੌਜ ਕਰਾਉਣ ਤੇ SHO ਕਹਿੰਦਾ ਜੀ ਫਲਾਣੇ ASI ਨੂੰ ਮਿਲ ਲਓ ਜੀ। ਉਹਨੂੰ ASI ਨੂੰ ਮਿਲ ਲਓ, ਕਹਿੰਦਾ ਭਾਈ ਕੱਲ ਆਇਓ, ਅੱਜ ਮੈਂ ਚੱਲਿਆ ਵਾ ਆਪਣੀ ਇੱਕ ਅਦਾਲਤ ਦੇ ਵਿੱਚ ਤਰੀਕ ਭੁਗਤਣ, ਕੱਲ ਆਇਓ ਤੇ ਆਪਾਂ ਤੁਹਾਡੀ ਰਪਟ ਦਰਜ ਕਰ ਦਿਆਂਗੇ ਜੀ। ਜਦੋਂ ਰਪਟ ਦਰਜ ਕਰਨ ਜਾਂਦੇ ਤੇ ਅਗਲੇ ਦਿਨ ਦਲੋਲ ਥੋੜਾ ਰੌਲਾ ਪੈਂਦਾ ਵੀ ਬੀੜ ਚੋਰੀ ਹੋ ਗਈ ਹੈ, ਤੇ ਫਿਰ ਪੁਲਿਸ ਦੀ ਭਾਜੀ ਬਣਦੀ, ਫਿਰ ਫਟਾਫਟ FIR ਲੌਜ ਹੁੰਦੀ ਹੈ ਜੀ। FIR ਲੌਜ ਤੋਂ ਹੋਣ ਤੋਂ ਬਾਅਦ ਫਿਰ ਬਰਗਾੜੀ ਪਿੰਡ ਦੇ ਵਿੱਚ ਬਕਾਇਦਾ ਤੌਰ ਤੇ ਪੋਸਟਰ ਲੱਗਦੇ ਨੇ ਜੀ। ਇਹ ਪਹਿਲੀ FIR ਹੁੰਦੀ ਹੈ, ਉਹ ਦੂਜੀ ਜਿਹੜੀ ਬਕਾਇਦਾ ਤੌਰ ਤੇ ਪੋਸਟਰ ਲੱਗਦੇ ਹੋ, ਸਿੱਖੋ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ, ਲੱਭਣਾ ਲੱਭਦੇ ਲੱਭ ਲਓ ਤੇ ਜੀ। ਇਹ ਦੂਸਰੀ FIR ਦਰਜ ਹੁੰਦੀ ਹੈ। ਤੀਸਰੀ FIR ਦਰਜ ਹੁੰਦੀ ਹੈ ਜਦੋਂ ਫਿਰ ਅੰਗ ਜਿਹੜੇ ਉਸ ਤੋਂ ਪਾੜ ਕੇ ਤੇ ਬਕਾਇਦਾ ਤੌਰ ਤੇ ਗਲੀਆਂ ਨਾਲੀਆਂ 'ਚ ਖਿਲਾਰੇ ਜਾਂਦੇ ਆ, ਤੇ ਫਿਰ ਸਿੱਖ ਸਮੁਦਾਇ ਦੇ ਵਿੱਚ, ਸਿੱਖ ਪੰਥ ਦੇ ਵਿੱਚ ਰੋਸ ਪੈਦਾ ਹੁੰਦਾ ਜੀ। ਉਹ ਰੋਸ ਤੇ ਧਾਰਮਿਕ ਆਗੂ ਸਾਡੇ ਜਾ ਕੇ ਉੱਥੇ ਧਰਨੇ ਤੇ ਬੈਠ ਜਾਂਦੇ, ਨਾ ਉਹਨੂੰ ਸੜਕ ਰੁਕਦੇ ਆ, ਨਾ ਕੋਈ ਪਹਿਰ ਰੁਕਦੇ ਆ, ਇੱਕ ਸਾਈਡ ਤੇ ਬਹਿ ਜਾਂਦੇ ਕਿ ਅਸੀਂ ਇਨਸਾਫ ਚਾਹੁੰਦੇ ਹਾਂ ਜੀ। ਤੇ ਅਗਲੇ ਦਿਨ ਜਦੋਂ ਬਕਾਇਦਾ ਤੌਰ ਤੇ ਉੱਥੇ ਸਵੇਰੇ ਸਵੇਰ ਜਦੋਂ ਸਾਰੀ ਪਾਠ ਚੱਲਦਾ ਹੁੰਦਾ, ਸਾਰੇ ਆਪਣਾ ਨਿਤਨੇਮ ਕਰਦੇ, ਇਸ਼ਨਾਨ ਕਰਕੇ, ਤੇ ਪੁਲਿਸ ਆਉਂਦੀ ਹੈ, ਤੇ ਫਿਰ ਗੰਦੇ ਪਾਣੀ ਦੀਆਂ ਬਛਾਣਾ ਮਾਰੀ ਜਾਂਦੀਆਂ ਜੀ। ਚੁੱਕ ਚੁੱਕ ਕੇ ਉਹਨਾਂ ਲੋਕਾਂ ਨੂੰ ਗੱਡੀਆਂ ਸੁੱਟਿਆ ਜਾਂਦਾ,
ਉਸ ਤੋਂ ਬਾਅਦ ਫਿਰ ਬਹਿਬਲ ਕਾਂ ਤੇ ਕੋਟਕਪੂਰੇ ਮੋਰਚੇ ਲੱਗਦੇ ਨੇ ਜੀ। ਆਹ ਜਿਹੜੀਆਂ ਤਿੰਨ ਐਫ ਆਈ ਆਰ ਨੇ ਇਹ ਕਿਉਂ ਹੋਈਆਂ? ਇਹਦਾ ਕਾਰਨ ਇੱਕ ਸੀ ਮਸੰਜਰ ਆਫ ਗੋਡ ਜੀ, ਜਿਹੜਾ ਇੱਕ ਫਿਲਮ ਸੀ ਬਕਾਇਦਾ ਤੌਰ ਤੇ ਬਾਬਾ ਗੁਰਮੀਤ ਰਾਮ ਰਹੀਮ ਸਿਰਸੇ ਵਾਲਾ। ਕਈ ਲੋਕਾਂ ਨੂੰ ਇਤਰਾਜ਼ ਵੀ ਸੀ ਬਾਬਾ ਕਿਉਂ ਕਹਿੰਦੇ ਭਾਈ ਉਹਨੂੰ ਲਖ ਦੇ ਬਾਬੇ ਦਾ ਕੁਛ ਉਹਦੇ ਸੁਝਾਵ ਦਿੱਤਾ, ਅਸੀਂ ਬਾਬਾ ਕਹਿ ਦਿਆਂਗੇ ਤੂੰ ਕੋਈ ਗੱਲ ਜੀ। ਉਹਦੀ ਫਿਲਮ ਨਹੀਂ ਚੱਲਣ ਦਿੰਦੇ ਤੇ ਉਹਦੀ ਫਿਲਮ ਅਸੀਂ ਨਹੀਂ ਚੱਲਣ ਦੇਣੀ। ਉੱਥੇ ਉਹਨੇ ਸਾਡੇ ਗੁਰੂ ਦਾ ਅਪਮਾਨ ਜਿਹੜਾ ਕੀਤਾ ਸੀ ਮਈ 2007 ਦੇ ਵਿੱਚ, ਉਹਦੇ ਕਰਕੇ ਅਸੀਂ ਫਿਲਮ ਨਹੀਂ ਚੱਲਣੀ। ਉਦੋਂ ਤਾਂ ਵਿਵਾਦ ਚੱਲ ਰਿਹਾ ਸੀ ਜੀ, ਉਹ ਫਿਲਮ ਨਹੀਂ ਚੱਲਣ ਦਿੰਦੇ ਤੇ ਉਹਦੇ ਰੋਸ ਵਜੋਂ ਇੱਕ ਕਮੇਲਾ ਦੀ ਕੌਮੀ ਕਮੇਟੀ ਆ ਸਰਸੇ ਵਾਲਿਆਂ ਦੀ, ਉਹਦੇ ਵਿੱਚ ਬਕਾਇਦਾ ਤੌਰ ਤੇ ਸੰਦੀਪ ਬਰੇਟਾ ਵੀ ਸ਼ਾਮਿਲ ਆ, ਹਰੀਸ਼ ਧੂਰੀ ਵੀ ਸ਼ਾਮਿਲ ਆ ਤੇ ਪ੍ਰਦੀਪ ਕਲੇਰ ਵੀ ਸ਼ਾਮਿਲ ਆ। ਇਹਨਾਂ ਦੇ ਨਾਲ ਮਹਿੰਦਰਪਾਲ ਬਿੱਟੂ ਜਿਹਨੂੰ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਜਿਹੜਾ ਉਹਦਾ ਕਤਲ ਕਰ ਦਿੱਤਾ ਜਾਂਦਾ, ਫੜਿਆ ਜਾਂਦਾ ਬੜੀ ਦੇਰ ਬਾਅਦ, ਤੇ ਇਹ ਮੁੜ ਕੇ ਇਹ ਉਸਦੇ ਵਿੱਚ ਪਰਚਾ ਦਰਜ ਹੁੰਦਾ, ਪਰਚੇ ਦਰਜ ਤੋਂ ਬਾਅਦ 7 ਬੰਦੇ ਫੜੇ ਜਾਂਦੇ ਆ ਤੇ ਇਹ ਬਕਾਇਦਾ ਤੌਰ ਤੇ 3 ਬੰਦੇ ਭਗੌੜੇ ਰਹਿ ਜਾਂਦੇ ਆ, ਤੇ ਬਾਅਦ ਦੇ ਵਿੱਚ ਜਿਹੜਾ ਬਾਬਾ ਗੁਰਮੀਤ ਰਾਮ ਰਹੀਮ ਉਹਨੂੰ ਵਿੱਚ ਨਾਮਜ਼ਦ ਕਰ ਲਿਆ ਜਾਂਦਾ, ਟੋਟਲ 11 ਬੰਦੇ ਜੀ। ਹੁਣ ਇਹ ਜਿਹੜਾ ਬਰੇਟਾ ਸੰਦੀਪ ਬਰੇਟਾ ਇਹ ਉਦੋਂ ਦਾ ਭਗੌੜਾ ਵਾ ਜੀ, ਇਹ 2015 ਦਾ ਹੀ ਭਗੌੜਾ ਵਾ, ਅਜੇ ਤੱਕ ਫੜਿਆ ਨਹੀਂ ਸੀ ਗਿਆ ਤੇ ਕੱਲ ਬਕਾਇਦਾ ਤੌਰ ਤੇ ਬੰਗਲੁਰ ਏਅਰਪੋਰਟ ਤੋਂ ਇਹਨੂੰ ਫੜ ਲਿਆ ਗਿਆ ਜੀ। ਸ਼ੱਕ ਦੇ ਆਧਾਰ ਤੇ ਉਹਨਾਂ ਫੜਿਆ ਤੇ ਉੱਥੇ ਫੜਨ ਤੋਂ ਬਾਅਦ ਜਿਹੜਾ ਸੀ ਪੰਜਾਬ ਪੁਲਿਸ ਨੂੰ ਇਨਫੋਰਮ ਕਰਤਾ ਵੀ ਬਰੇਟਾ ਜਿਹੜਾ ਸੰਦੀਪ ਬਰੇਟਾ ਤੁਹਾਨੂੰ ਲੜੀਂਦਾ ਸੀ ਇੱਥੇ ਏਅਰਪੋਰਟ ਤੇ ਅਸੀਂ ਫੜ ਲਿਆ ਵਾ ਜੀ, ਤੇ ਤੁਸੀਂ ਆ ਕੇ ਲਿਜਾ ਸਕਦੇ ਹੋ ਤੇ ਸਾਡੀ ਫਰੀਦਕੋਟ ਦੀ ਪੁਲਿਸ ਉੱਧਰ ਰਵਾਨਾ ਹੋ ਚੁੱਕੀ ਆ ਤੇ ਉਮੀਦ ਆ ਵੀ ਕੱਲ੍ਹ ਤੱਕ ਲੈ ਕੇ ਵਾਪਸ ਆ ਜੀ। ਦੂਜੀ ਜਿਹੜੀ ਖਬਰ ਆ ਦਿੱਲੀ ਤੋਂ ਕਿ ਸਿਸੋਦੀਆ ਦਾ ਪੁਲਿਸ ਨੇ ਜਿਹੜਾ ਹੈਗਾ ਕਾਲਰ ਕਿਉਂ ਫੜਿਆ ਜੀ, ਘਸੀਟਿਆ ਕਹਿੰਦੇ ਸਿਸੋਦੀਆ ਸਾਹਿਬ ਨੂੰ? ਮਨੀਸ਼ ਸਿਸੋਦੀਆ ਜਿਹੜਾ ਜਦੋਂ ਇਹਨੂੰ ਅਦਾਲਤ ਚੋਂ ਲੈ ਕੇ ਆਉਂਦੇ ਆ ਤਰੀਕ ਤੇ ਪੇਸ਼ ਕਰਦੇ ਆ ਤੇ ਮੀਡੀਆ ਨਾਲ ਮਾੜੀ ਮੋਟੀ ਗੱਲਬਾਤ ਹੋ ਜਾਂਦੀ ਆ ਤੇ ਉਹ ਮੁੱਖ ਪ੍ਰਧਾਨ ਮੰਤਰੀ ਨੂੰ ਹੰਕਾਰੀ ਜੀ ਹੰਕਾਰੀ ਲਕਸ਼ ਵਰਦੇ ਪਏ, ਇਹ ਬੰਦਾ ਹੰਕਾਰੀ ਆ ਤੇ ਇਹ ਕਿਸੇ ਵੀ ਡੈਮੋਕ੍ਰੇਸੀ ਦੀ ਪਾਲਣਾ ਨਹੀਂ ਕਰਦਾ ਜੀ, ਡੈਮੋਕ੍ਰੇਸੀ ਦੂਰ ਆ ਤੇ ਪੁਲਿਸ ਵਾਲੇ ਫਿਰ ਜੋ ਪ੍ਰਧਾਨ ਮੰਤਰੀ ਨੂੰ ਘਾਰੀਆਂ ਦੇ ਤੈਨੂੰ ਕਦਰੋਂ ਫੜ ਕੇ ਫਿਰ ਘਸੀਟ ਦੇ ਪਾਸੇ ਲੈ ਜਾਂਦੇ, ਮੀਡੀਆ ਸਾਹਮਣੇ ਹੋ ਜਾਂਦੇ, ਫਿਰ ਆਮ ਆਦਮੀ ਪਾਰਟੀ ਪਾਉਂਦੀ ਰੌਲਾ ਜੀ। ਪਹਿਲੀ ਗੱਲ ਤੇ ਐਡਵੋਕੇਟ ਜਨਰਲ ਨੂੰ ਪੁੱਛੋ ਵੀ ਜਦੋਂ ਬੰਦਾ ਹਵਾਲਾ ਚ ਪਹੁੰਚ ਜਾਂਦਾ ਨਾ ਥਾਣੇ ਦੇ ਕਿਸੇ ਕੇਸ ਦੇ ਵਿੱਚ, ਉਹਨੂੰ ਘਰ ਵਰਗੀਆਂ ਸਹੂਲਤਾਂ ਦੇਣ ਲਈ ਪੁਲਿਸ ਪੂਰੀ ਤਰ੍ਹਾਂ ਪਾਬੰਦ, ਲੇਕਿਨ ਲਾਗੂ ਕੋਈ ਨਹੀਂ ਕਰਦਾ ਜੀ। 1970 ਤੋਂ ਪਹਿਲਾਂ ਤੁਸੀਂ ਵੇਖੋ ਜਿਹੜਾ ਬੰਦਾ ਥਾਣੇ ਲਿਜਾ ਜਾਂਦਾ ਸੀ ਉਹਨੂੰ ਚਪੇੜ ਨਹੀਂ ਸੀ ਮਾਰੀ ਜਾਂਦੀ, ਉਹਨੂੰ ਬਹਾ ਕੇ ਪੁੱਛ ਪੜਤਾਲ ਕਰਕੇ ਲੋਕੀ ਸਿੱਧੇ ਹੁੰਦੇ ਸੀ, ਜੋ ਕਹਿੰਦੇ ਸੀ ਦੱਸੀ ਜਾਂਦੇ ਸੀ, ਦੱਸ ਕੇ ਜੋ ਪਰਚਾ ਆਇਆ ਗਾਂ ਤੋਰ ਤੱਕ ਗਾਂ ਅਦਾਲਤ ਦਾ ਕੰਮ ਜੀ। 70 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਤੇ ਉਸ ਟਾਈਮ ਤੇ ਨਕਸਲਾਈਟਾਂ ਦਾ ਬਹੁਤ ਜ਼ੋਰ ਚੱਲ ਜਾਂਦਾ ਜੀ, ਤੇ ਨਕਸਲਾਈਟਾਂ ਨੂੰ ਫਿਰ ਜਿਹੜੇ ਇਹ CAE ਸਟਾਫ ਬਣਾ ਜਾਂਦੇ ਆ ਜਿਹੜੇ ਬਿਲਕੁਲ ਇਕਲ ਵਾਂਝੇ ਕਿਸੇ ਸਥਾਨ ਤੇ ਬਣਾ ਜਾਂਦੇ ਇੱਥੇ ਕੋਈ ਸ਼ੱਕ ਨਾ ਕਰੇ ਇੱਥੇ ਕੁਛ ਹੋ ਸਕਦਾ ਵਾ, ਉੱਥੇ ਲਿਜਾ ਕੇ ਫਿਰ ਉਹਨਾਂ ਦੀ ਇੰਟੈਰੋਗੇਸ਼ਨ ਹੁੰਦੀ ਆ, ਪੁੱਠੇ ਵੀ ਲਗਾਏ ਜਾਂਦੇ ਆ ਤੇ ਫਿਰ ਉਹਨਾਂ ਦੇ ਚੱਡੇ ਵੀ ਪਾੜੇ ਜਾਂਦੇ ਆ ਤੇ ਫਿਰ ਕਈ ਪ੍ਰਕਾਰ ਦੇ ਉਹਨਾਂ ਦੇ ਹੋਰ ਵੀ ਤਸ਼ੱਦਦ ਕੀਤਾ ਜਾਂਦਾ, ਉਦੋਂ ਸ਼ੁਰੂ ਹੋਇਆ ਪਹਿਲਾਂ ਤਸ਼ੱਦਦ ਨਹੀਂ ਸੀ ਹੁੰਦਾ ਜੀ। ਹੁਣ ਕੇਜਰੀਵਾਲ ਸਾਹਿਬ ਨੇ ਗੱਲ ਚ ਕੀ ਕਰਤੀ, ਪੋਲੀਟੀਕਲ ਬੰਦਾ ਪੋਲੀਟੀਕਲ ਬਿਆਨ ਜੀ, ਜੇ ਇਹ ਵੀ ਗੱਲ ਨਹੀਂ ਕਹਿ ਸਕਦੇ ਆਪਣਾ ਬਿਆਨ ਵੀ ਦਖਲ ਦਰਜ ਕਰਾ ਸਕਦੇ, ਫਿਰ ਘਰ ਵਾਲੀਆਂ ਸਹੂਲਤਾਂ ਕਾਹਦੀਆਂ ਹੋਗੀਆਂ? ਬਿਲਕੁਲ, ਜਦੋਂ ਬਿਕਰਮਜੀਤ ਸਿੰਘ ਮਜੀਠੀਏ ਉੱਤੇ ਬਕਾਇਦਾ ਤੌਰ ਤੇ ਦੋਸ਼ ਲਾਏ ਸੀ ਤਾਂ ਮਤਲਬ ਫਿਰ ਪਿੱਛੋਂ ਸ਼ਹਿ ਸੀ ਉਹਨੂੰ, ਉਹਨੂੰ ਆਜ਼ਾਦ ਦਿੱਤੀ ਸੀ ਮੀਡੀਆ ਨਾਲ ਗੱਲ ਕਰਨ ਜੀ, ਜਿਹਨੇ ਇੰਨੀ ਗੱਲ ਕਹਿਤੀ ਵੀ ਜਿਹੜਾ ਡਰੱਗ ਰੈਕਟ ਦਾ ਸਰਗਣਾ ਉਹ ਮਜੀਠੀਆ ਵਾ। ਇਸ ਕਰਕੇ ਜਿਹੜੀ ਦਿੱਲੀ ਪੁਲਿਸ ਆ ਉਹ ਜਿਆਸਤੀ ਕਰ ਰਹੀ ਹੈ ਤੇ ਉਹਦਾ ਜਿਹੜੀ ਆਮ ਆਦਮੀ ਪਾਰਟੀ ਤੇ ਆਮ ਲੋਕਾਂ ਨੇ ਵੀ ਕਾਫੀ ਨੋਟਿਸ ਲਿਆ ਤੇ ਉਹਨੇ ਕੁਛ ਵੀ ਗਲਤ ਨਹੀਂ ਕਿਹਾ, ਉਹਨੇ ਆਪਣੇ ਵਿਚਾਰ ਪ੍ਰਗਟ ਕੀਤੇ ਜੀ। ਜਿਹੜਾ ਸਾਨੂੰ ਸੰਵਿਧਾਨ ਨੇ ਇੱਕ ਅਧਿਕਾਰ ਦਿੱਤਾ ਵਾ ਆਪਣੇ ਵਿਚਾਰ ਪ੍ਰਗਟ ਕਰਨ ਦਾ, ਉਹਦੀ ਉਹਨੇ ਵਰਤੋਂ ਕੀਤੀ ਹੈ ਤੇ ਆਪਣੇ ਤਰੀਕੇ ਨਾਲ ਗੱਲ ਕੀਤੀ ਹੈ ਵੀ ਪ੍ਰਧਾਨ ਮੰਤਰੀ ਹੰਕਾਰੀ ਆ ਜਿਹੜਾ ਸੰਵਿਧਾਨ ਨੂੰ ਵੀ ਨਹੀਂ ਮੰਨਦਾ, ਜਿਹੜਾ ਕੋਰਟ ਨੂੰ ਨਹੀਂ ਮੰਨਦਾ ਜੀ। ਜੇ ਸੁਪਰੀਮ ਕੋਰਟ ਨੇ ਬਕਾਇਦਾ ਤੌਰ ਤੇ ਅਧਿਕਾਰ ਦਿੱਤਾ ਵੀ ਚੁਣੀ ਹੋਈ ਸਰਕਾਰ ਜਿਹੜੀ ਆ ਅਸਲੀ ਅਧਿਕਾਰ ਉਹਦੇ ਕੋਲੇ ਆ, ਨੋਮੀਨੇਟ ਕੋਲੇ ਨਹੀਂ ਜੀ,
ਉਹ ਚੁਗਨਾ ਸੀ ਕੀਤਾ ਤੇ ਤੁਸੀਂ ਉਹਨੂੰ ਵੀ ਚੈਲੰਜ ਕਰਕੇ ਬੰਦ ਸੋਨੇ ਤੁਸੀਂ ਆਡੀਅੰਸ ਲਿਆ ਕੇ ਜਿਹੜਾ ਸੀ ਉਹ ਸਰਕਾਰ ਨੂੰ ਬਰਬਾਦ ਕਰਨ ਦੇ ਕੋਲੇ ਜੀ ਤੇ ਜਿਹਨੂੰ ਬਰਬਾਦ ਕਰੋ ਗੁੱਸਾ ਤਾਂ ਆਪਣਾ ਯਾਰ ਕਰੇਗਾ ਨਾ ਉਹਨੂੰ ਗੁੱਸਾ ਵੀ ਨੀ ਯਾਰ ਕਰਨ ਦਿੱਤਾ ਤੇ ਉਹਨੂੰ ਕਾਦਰੋਂ ਫੜ ਕੇ ਫੜਿਆ ਤੇ ਫੜ ਕੇ ਘਸੀਟ ਕੇ ਤੇ ਲੈ ਗਏ ਗੱਡੀ ਚ ਬਿਠਾ ਕੇ ਉਹਨੂੰ ਭਾਈ ਤੈਨੂੰ ਕੋਈ ਅਧਿਕਾਰ ਨੀ ਪ੍ਰਧਾਨ ਮੰਤਰੀ ਦੇ ਉੱਤੇ ਤੂੰ ਟਿੱਪਣੀ ਕਰੇ ਜੀ ਹੁਣ ਜਿਹੜੇ ਉਹਨੇ ਜਿਆਸਤੀ ਕਰੂਗਾ ਉਹਨੂੰ ਜੀ ਥੋੜੀ ਕਹੂਗਾ ਉਹ ਬਿਲਕੁਲ ਇਹਦੂ ਵੱਧ ਉਹਨੂੰ ਕੀ ਕਰ ਲੋਗੇ ਤੁਸੀਂ ਜੇਲ ਛੁੱਟਤਾ ਮੁਕਦਮਾ ਦਰਜ ਕਰਤਾ ਉਹਨੂੰ ਸਹੂਲਤਾਂ ਬੰਦ ਕਰਦੀ ਇਹਦੂ ਵੱਧ ਤੁਸੀਂ ਕੀ ਕਰੋਗੇ ਤੁਸੀਂ ਫਾਂਸੀ ਤੇ ਲਾਉਣ ਰਹੇ ਤੁਸੀਂ ਪਰ ਦਿੱਲੀ ਪੁਲਿਸ ਨੂੰ ਜਿਹੜਾ ਉਹ ਤਰੀਕੇ ਤੇ ਸਲੀਕੇ ਨਾਲ ਪੇਸ਼ ਹੋਣਾ ਚਾਹੀਦਾ ਵਾ ਜੇ ਉਹਨੇ ਮੀਡੀਆ ਨਾਲ ਗੱਲ ਕੀਤੀ ਹੈ ਤੇ ਮੀਡੀਆ ਨਾਲ ਗੱਲ ਕਰਨਾ ਉਹਦਾ ਅਧਿਕਾਰ ਆ ਉਹ ਆਪਣੇ ਵਿਚਾਰ ਦੱਸ ਸਕਦਾ ਵਾ ਉਹ ਆਪਣੀ ਮੰਗ ਵੀ ਦੱਸ ਸਕਦਾ ਸੀ ਮੇਰੇ ਨਾਲ ਕਿੱਦਾਂ ਜੇਲ੍ਹ ਦੇ ਟ੍ਰੀਟ ਕੀਤਾ ਜਾਏ ਤਾਂ ਮੈਨੂੰ ਕਿਹੜੀ ਮੰਗ ਚਾਹੀਦੀ ਹੈ ਮੇਰੀ ਆਹ ਮੰਗ ਹੈਗੀ ਪੂਰੀ ਕੀਤੀ ਜਾਵੇ ਜੀ ਜਦੋਂ ਸਾਡਾ ਸੰਵਿਧਾਨ ਕਹਿੰਦਾ ਵਾ ਜਿਹੜਾ ਵੀ ਬੰਦਾ ਥਾਣੇ ਫੜ ਕੇ ਲਿਆਂਦਾ ਉਹਨੂੰ ਘਰ ਵਾਲੀਆਂ ਸਹੂਲਤਾਂ ਦੇਣ ਲਈ ਪਾਬੰਦ ਆ ਪੁਲਿਸ ਤੇ ਫਿਰ ਉਹਨੂੰ ਘਸੀਟਾਂ ਦਾ ਮਤਲਬ ਕੀ ਹੈ ਤੇ ਆਮ ਆਦਮੀ ਪਾਰਟੀ ਤੇ ਸਖ਼ਤ ਐਕਸ਼ਨ ਲੈ ਰਹੀ ਹੈ ਵੀ ਇਹਨਾਂ ਨੇ ਗਲਤ ਕੀਤਾ ਜੋ ਕੀਤਾ ਵੀ ਇਸ ਜੋ ਮਰਜ਼ੀ ਆ ਫਿਰ ਸੰਵਿਧਾਨਕ ਵਿਅਕਤੀ ਆ ਜੀ ਭਾਵੇਂ ਉਹਦੇ ਕੋਲੋਂ ਉਹਦਾ ਖੁਸ਼ ਗਿਆ ਮੰਤਰੀ ਦਾ ਲੇਕਿਨ ਅੱਜ ਐਮ ਐਲ ਏ ਤੇ ਹੈਗਾ ਨਾ ਬਿਲਕੁਲ ਜੀ ਜੇ ਤੁਸੀਂ ਇੱਕ ਐਮ ਐਲ ਏ ਨੂੰ ਏਦਾਂ ਟ੍ਰੀਟ ਕਰਦੇ ਹੋ ਤੇ ਆਮ ਆਦਮੀ ਨਾਲ ਕਿਵੇਂ ਟ੍ਰੀਟ ਕਰੋਗੇ ਆਪਣੇ ਆਪ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਦਾ ਅਧਿਕਾਰ ਜਿਹੜਾ ਇੱਕ ਜਾਬਤ ਚ ਰਹਿ ਕੇ ਕਰਨ ਦਾ ਅਧਿਕਾਰ ਅਹੰਕਾਰੀ ਕਹਿਣਾ ਕੋਈ ਗੁਨਾਹ ਨਹੀਂ ਹੈਗਾ ਜੇ ਕਹਿ ਦਿੱਤਾ ਉਹਨੇ ਜੀ ਬਿਲਕੁਲ ਇੱਕ ਪਾਕਿਸਤਾਨ ਆਪਣਾ ਜੱਥਾ ਜਿਹੜਾ ਹੈ ਉਹ ਕਦੋਂ ਜਾਊਗਾ ਜੀ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮਨਾਉਣ ਲਈ ਉਹਦੇ ਬਾਰੇ ਕੀ ਹੈ ਰਿਪੋਰਟ 2019 ਦੇ ਵਿੱਚ ਮੇਖਿਆ ਲੱਗੇ ਸ਼ਾਇਦ 18 ਦੇ ਵਿੱਚ 19 ਦੇ ਵਿੱਚ ਵੇਖਿਆ ਗਿਆ ਸੀ ਸਾਡੇ ਜਥੇਦਾਰ ਅਕਾਲ ਤਖ਼ਤ ਗਏ ਸੀ ਉੱਥੇ ਨਨਕਾਣਾ ਸਾਹਿਬ ਤੇ ਇਹ ਉੱਥੇ ਕਹਿ ਕੇ ਆਏ ਸੀ ਵੀ ਜਿਹੜੀਆਂ ਸਾਡੀਆਂ ਦੁਬਿਧਾ ਹੈਗੀਆਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹਨਾਂ ਨੂੰ ਦੂਰ ਕੀਤਾ ਜਾਊਗਾ ਹੁਣ ਜਿਹੜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਇੱਕ ਇਤਰਾਜ ਆ ਜਦੋਂ ਮੂਲ ਨਾਨਕ ਸ਼ਾਹੀ ਕੈਲੰਡਰ ਬਣਾਇਆ ਗਿਆ ਉਦੋਂ ਬਕਾਇਦਾ ਤੌਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਲਈ ਗਈ ਸੀ ਵੀ ਅਸੀਂ ਇਹ ਕੈਲੰਡਰ ਬਣਾ ਰਹੇ ਹਾਂ ਕੀ ਤੁਸੀਂ ਸਹਿਮਤ ਜੇ ਉਹਨਾਂ ਨੇ ਉਦੋਂ ਸਹਿਮਤੀ ਦਿੱਤੀ ਸੀ ਬਿਲਕੁਲ ਠੀਕ ਆ ਵੀ ਸਿੱਖ ਕੌਮ ਦਾ ਆਪਣਾ ਕੈਲੰਡਰ ਹੋਣਾ ਚਾਹੀਦਾ ਉਹ ਸਾਡੀ ਇੱਕ ਵੱਖਰੀ ਪਛਾਣ ਦੀ ਜਿਹੜੀ ਸੀ ਇੱਕ ਸੰਧ ਬਣੇਗਾ ਤੇ ਜਦੋਂ ਇਹਨੂੰ ਬਦਲਿਆ 2010 ਦੇ ਵਿੱਚ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ 2-3 ਚ ਇਹ ਲਾਗੂ ਹੁੰਦਾ ਤੇ ਲਾਗੂ ਹੁੰਦਾ ਤੇ 7-10 ਰਹਿੰਦਾ 10 ਦੇ ਵਿੱਚ ਇਹਨੂੰ ਫਿਰ ਜਿਹੜਾ ਬਿਕਵੀ ਕੈਲੰਡਰ ਤਬਦੀਲ ਕਰ ਦਿੱਤਾ ਜਾਂਦਾ ਤੇ ਉਦੋਂ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਜੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੀ ਸਾਨੂੰ ਇਹਨਾਂ ਨੇ ਅੱਖੋਂ ਪੁਰਖੇ ਕੀਤਾ ਸਾਨੂੰ ਕੌਨਫੀਡੈਂਸ ਨਹੀਂ ਲਿਆ ਲੇਕਿਨ ਅਸੀਂ ਇਸ ਕਰਕੇ ਆਪਣਾ ਮੂਲ ਨਾਨਕ ਸ਼ਾਹੀ ਕੈਲੰਡਰ ਜਿਹੜਾ ਉਹਦੇ ਤੇ ਪਹਿਰੇ ਦੇਵਾਂਗੇ ਉਹਦੇ ਮੁਤਾਬਕ ਆਪਣੇ ਜਿਹੜੇ ਗੁਰੂਆਂ ਦੇ ਤਿਉਹਾਰ ਉਹਨਾਂ ਦੇ ਗੁਰਪੁਰਬ ਸਾਰੇ ਉਹਦੇ ਮੁਤਾਬਕ ਮਨਾਵਾਂਗੇ ਜੀ ਉਹਦੇ ਵਿੱਚ ਫਿਕਸ ਆ ਸਾਡੇ ਕੀ ਹੁੰਦਾ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਪ੍ਰਕਾਸ਼ ਉਤਸਵ ਆ ਉਹ ਕਈ ਵੀ ਇੱਕ ਸਾਲ ਚ ਦੋ ਵਾਰੀ ਆ ਜਾਂਦਾ ਤੇ ਦੂਜੇ ਅਗਲੇ ਸਾਲ ਚ ਆਉਂਦਾ ਹੀ ਨਹੀਂ ਗਾ ਜੀ ਜਿਹੜਾ ਸਾਡਾ ਹੈਗਾ ਆਪਣਾ ਆ ਕੈਲੰਡਰ ਹੈਗਾ ਨਿਰਜਾ ਦਾ ਕੈਲੰਡਰ ਅੰਗਰੇਜ਼ੀ ਕੈਲੰਡਰ ਜੀ ਉਹਦੇ ਮੁਤਾਬਕ ਕੀ ਆ ਅੱਜ ਦੀ ਡੇਟ ਦੇ ਵਿੱਚ ਉਹਨਾਂ ਜਿਸ ਤਰੀਕੇ ਨਾਲ ਫਿਕਸ ਕੀਤਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਦਿਹਾੜਾ ਹਰ ਸਾਲ 16 ਜੂਨ ਨੂੰ ਮਨਾਇਆ ਜਾਏਗਾ ਜੀ ਜਿਹੜਾ ਸੋਧਿਆ ਹੋਇਆ ਬਿਕਵੀ ਕੈਲੰਡਰ ਉਹ ਕਦੀ ਅੱਗੇ ਕਦੀ ਪਿੱਛੇ ਕਦੀ ਮਈ 'ਚ ਆ ਗਿਆ ਕਦੀ ਜੂਨ 'ਚ ਆ ਗਿਆ ਕਦੀ ਜੂਨ ਦੇ ਅਖੀਰ 'ਚ ਆ ਗਿਆ ਕਦੀ ਜੂਨ ਦੇ ਪਹਿਲੇ 'ਚ ਆ ਗਿਆ ਉਹਨਾਂ ਫਿਕਸ ਕੀਤਾ ਵੀ 16 ਜੂਨ ਨੂੰ ਮਨਾਇਆ ਜਾਏਗਾ ਜੀ ਐਤਕੀ ਤੇ ਸ਼ਾਇਦ ਇਹਨਾਂ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂ ਨਹੀਂ ਕੀਤੀ ਇਹਦਾ ਤਾਂ ਪਤਾ ਹੋਊਗਾ ਲੇਕਿਨ ਉਹਨਾਂ ਨੇ ਪਾਕਿਸਤਾਨ ਵਾਲੇ ਨੇ ਇਹ ਕਹਿ ਦਿੱਤਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਤੇ ਐਤਕੀ ਪੰਜਾਬ ਦੇ ਪਾਕਿਸਤਾਨ ਦੇ ਹਾਲਾਤ ਠੀਕ ਨਹੀਂ ਜੀ ਤੇ ਜੱਥਾ ਨਾ ਭੇਜਿਆ ਜਾਵੇ ਜੀ ਉਹਦੇ ਤੇ ਪ੍ਰੈਸ ਨੂੰ ਐਸ ਜੀ ਪੀ ਸੀ ਨੇ ਜਾਰੀ ਕੀਤਾ ਵੀ ਉਹਨਾਂ ਦੀ ਇਹ ਸਾਨੂੰ ਇੱਕ ਅਪੀਲ ਆਈ ਆ ਉਹ ਤੇ ਅਸੀਂ ਗੌਰ ਫਰਮਾਉਂਦੇ ਵੀ ਜੱਥਾ ਨਹੀਂ ਭੇਜਾਂਗੇ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਜੱਥਾ ਭੇਜਾਂਗੇ ਉਹ 21 ਜੂਨ ਨੂੰ ਜਾਏਗਾ ਜੀ ਠੀਕ ਹੈ ਕੋਈ ਗੱਲ ਨੀ ਲੇਕਿਨ ਉਹਨਾਂ ਨਾਲ ਇਹ ਵੀ ਗੱਲ ਕਹੀ ਆ ਵੀ ਜੱਥਾ ਜੇ ਤੁਸੀਂ ਭੇਜਣਾ ਵਾ ਤੇ ਜੱਥਾ ਇੱਕ ਜਗ੍ਹਾ ਤੇ ਸਿਰਫ ਇੱਕ ਦਿਨ ਰਹੇਗਾ ਕਿਉਂ ਸਾਡੇ ਕੋਲ ਸਿਕਿਉਰਿਟੀ ਅਰੇਂਜਮੈਂਟ ਪੂਰੇ ਕਰਨੇ ਹੁੰਦੇ ਉਹ ਪੂਰੇ ਨਹੀਂ ਹੁੰਦੇ ਕਿਸ ਲਈ ਜੇ ਜ਼ਿਆਦਾ ਇੱਕ ਜਗ੍ਹਾ ਤੋਂ ਇੱਕ ਦਿਨ ਤੋਂ ਵੱਧ ਰਹਿੰਦਾ ਵਾ ਜੀ
ਉਹਦੇ ਸਿਕਿਉਰਿਟੀ ਜਿਹੜੇ ਪ੍ਰਬੰਧ ਲੈਪਸ ਵੀ ਹੋ ਸਕਦੇ ਆ ਜੀ, ਲੇਕਿਨ ਐਜੀਕਿਊਸ਼ਨ ਕਿਹਾ ਨਹੀਂ ਭੇਜਿਆ ਜਾਊਗਾ। ਹੁਣ ਐਜੀਪੀਸੀ ਕਿਉਂ ਭੇਜਣਾ ਚਾਹੁੰਦੀ ਉਦੋਂ ਕਿ ਤੁਸੀਂ ਅੱਜ 23 ਤਰੀਕ ਆ, ਅੱਜ ਐਜੀਪੀਸੀ ਦਾ ਜਿਹੜਾ ਬਿਕਮਨੀ ਕੈਲੰਡਰ ਜਿਹੜਾ ਸੋਧਿਆ ਹੋਇਆ ਕੈਲੰਡਰ ਉਹਦੇ ਮੁਤਾਬਕ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਿਹੜਾ ਵਾ ਉਹ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਵਾ ਜੀ, ਦਰਬਾਰ ਸਾਹਿਬ ਮਨਾਇਆ ਜਾ ਰਿਹਾ, ਜਿਹੜੇ ਸ਼੍ਰੋਮਣੀ ਕਮੇਟੀ ਦੇ ਆਪਣੇ ਪ੍ਰਬੰਧ ਦੇ ਗੁਰਦੁਆਰੇ ਉੱਥੇ ਵੀ ਮਨਾਇਆ ਜਾ ਰਿਹਾ, ਉਹਦੀ ਆਪਣੀਆਂ ਸੰਸਥਾਵਾਂ 'ਚ ਮਨਾਇਆ ਜਾ ਰਿਹਾ। ਕਈ ਲੋਕ ਜਿਹੜੇ ਅੱਜ ਵੀ ਜਿਹੜੇ ਬੈਠੇ ਨੇ 16 ਨੂੰ ਮਨਾਉਣਾ ਸੀ ਜੀ, ਅਸੀਂ ਮੂਲ ਨਾਨਕੇ ਕੈਲੰਡਰ ਨੂੰ ਮੁਤਾਬਕ ਮਨਾਉਣਾ ਅਸੀਂ, ਚਲੋ ਉਹਨਾਂ ਦੀ ਮਰਜ਼ੀ ਹੋ। ਹੁਣ ਇਹਦੇ ਵਿੱਚ ਇਹਨਾਂ ਨੇ ਪ੍ਰੈਸ ਮੀਟ ਜਾਰੀ ਕਰਤਾ, ਹੁਣ ਮੈਂ ਇਹ ਦੱਸਦਾ ਪ੍ਰੈਸ ਮੀਟ ਜਾਰੀ ਕਿਉਂ ਕੀਤਾ ਜੀ। ਜਦੋਂ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੀ ਮਨਾਉਣਾ ਸੀਗਾ, ਉਦੋਂ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਮੇਰੇ ਖਿਆਲ 30 ਸਤੰਬਰ ਸੀ ਤੇ ਇਹਨਾਂ ਦੇ ਜਿਹੜਾ ਪਹਿਲਾਂ ਮਨਾਇਆ ਸੀ ਉਦੋਂ ਜੀ, ਉਦੋਂ ਇਹ ਦੋਵੇਂ ਵਾਰੀ ਮਨਾਇਆ ਗਿਆ ਸੀਗਾ, ਇੱਥੇ ਵੀ ਮਨਾਇਆ ਗਿਆ ਸੀ, ਉੱਥੇ ਵੀ ਜਾ ਕੇ ਅਸੀਂ ਪਿੱਛੇ ਮਨਾ ਲਿਆ ਸੀ। ਉਦੋਂ ਤੇ ਫਿਰ ਕਹਿਤਾ ਸੀਗਾ ਕਿ ਜਿਹੜੇ ਦੁਨੀਆਂ ਭਰ ਦੇ ਵਿੱਚ ਸਿੱਖ ਗੁਰੂ ਸਾਹਿਬ ਦੇ ਤਿਉਹਾਰ ਜਿਹੜੇ ਆਪਣੇ ਹਿਸਾਬ ਨਾਲ ਸਾਰਾ ਸਾਲ ਮਨਾਈ ਜਾਂਦੇ ਆ ਤੇ ਕੋਈ ਗੱਲ ਨੀ ਮਨਾ ਰਿਹਾ, ਇਸ ਕਰਕੇ ਹੋ ਸਕਦਾ, ਮੈਨੂੰ ਇਹਦੇ ਬਾਰੇ ਜਾਣਕਾਰੀ ਨੀ, ਹੋ ਸਕਦਾ ਕਿ ਐਸਡੀਪੀਸੀ ਨੇ ਸੋਚਿਆ ਹੋਵੇ ਐਤਕੀ ਜਥਾ ਜਿਹੜਾ ਵਾਕਈ ਉਹ 16 ਜੂਨ ਨੂੰ ਭੇਜ ਦਿਓ, ਕੋਈ ਫਰਕ ਨੀ ਪੈਂਦਾ, ਦਿਨ ਹੀ ਮਨਾਉਣਾ ਗੁਰੂ ਸਾਹਿਬ ਦੇ ਜੋ ਵੱਡੀ ਮਨਾ ਲਓ ਜੀ। ਇਸ ਕਰਕੇ ਉਹਨਾਂ ਨੇ ਪ੍ਰੈਸ ਨੋਟ ਜਾਰੀ ਕਰਕੇ ਕਹਿਤਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਪੀਲ ਤੇ ਉੱਥੋਂ ਦੇ ਹਾਲਾਤ ਨਾ ਠੀਕ ਹੋਣ ਕਰਕੇ ਜਿਹੜਾ ਵਾ ਅਸੀਂ ਐਤਕੀ ਜਥਾ ਨਹੀਂ ਭੇਜ ਰਹੇ ਜੀ। ਇੱਕ 24 ਲੱਖ ਦੀ ਠੱਗੀ ਦਾ ਮਾਮਲਾ ਸਾਹਮਣੇ ਆਉਂਦਾ, ਆਤਮ ਹੱਤਿਆ ਹੁੰਦੀ ਹੈ ਜੀ, ਤੇ 4 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਰਿਹਾ ਜਾਂਦਾ, ਇਹ ਕੀ ਹੈ ਜੀ ਪੂਰਾ ਮਾਮਲਾ, ਕੌਣ ਨੇ ਜਿਨ੍ਹਾਂ ਨੇ ਆਤਮ ਹੱਤਿਆ ਕੀਤੀ? ਇਹ ਮੁੰਡੇ ਦਾ ਨਾਂ ਜੀ ਬਕਾਇਦਾ ਤੌਰ ਤੇ ਜਿਹੜਾ ਹੈਗਾ ਵਾ ਇਹਦਾ ਨਾਂ ਵਿਕਰਾਂਤ ਮਸੀਹ ਆ ਜੀ, ਤੇ ਇਹਦੀ ਇੱਕ ਪ੍ਰੇਮਿਕਾ ਹੈਗੀ ਨੇਹਾ ਜੀ। ਇਹਨਾਂ ਦੋਵਾਂ ਨੇ ਬਕਾਇਦਾ ਤੌਰ ਤੇ ਵਿਦੇਸ਼ ਜਾਣ ਵਾਸਤੇ ਇੱਕ ਗੁਲਜ਼ਾਰ ਮਸੀਹ ਤੇ ਮਨਜੂਰ ਮਸੀਹ ਤੇ ਸੋਨੀਆ ਮਸੀਹ ਜੀ, ਇਹ ਗੁਰਦਾਸਪੁਰ ਦੇ ਸ਼ਹਿਜ਼ਾਦਾ ਨੰਦ ਪਿੰਡ ਦੇ ਰਹਿੰਦੇ ਰਹਿਣ ਵਾਲੇ ਨੇ, ਇੱਕ ਨਵੀਨਾ ਖੋਖਰਾ ਜਿਹੜੀ ਕਰਤਾਰ ਨਗਰ ਜਿਹੜਾ ਛਾਟਾ ਅੰਮ੍ਰਿਤਸਰ ਉੱਥੋਂ ਰਹਿਣ ਵਾਲੇ ਜੀ। ਇਹਨਾਂ ਨੇ ਇਹਨਾਂ ਕੋਲ 24 ਲੱਖ ਰੁਪਏ ਠੱਗਿਆ ਵੀ ਤੁਹਾਨੂੰ ਅਸੀਂ ਬਹੁਤ ਜਲਦੀ ਵਿਦੇਸ਼ ਭੇਜ ਦਾਂਗੇ, ਤੇ ਉਹ ਬਾਰ ਬਾਰ ਪੁੱਛੀ ਜਾਂਦੇ ਸਾਨੂੰ ਵਿਦੇਸ਼ ਕਦੋਂ ਭੇਜ ਰਹੇ, ਨਹੀਂ ਤੇ ਪੈਸੇ ਵਾਪਸ ਕਰ ਦਿਓ, ਨਾ ਇਹਨਾਂ ਪੈਸੇ ਵਾਪਸ ਕੀਤੇ ਆ ਤੇ ਨਾ ਬਕਾਇਦਾ ਤੌਰ ਤੇ ਇਹਨਾਂ ਨੂੰ ਵਿਦੇਸ਼ ਭੇਜਿਆ ਜੀ। ਅਖੀਰ ਦੇ ਉੱਤੇ ਉਹ ਲੁੱਟੇ ਵੀ ਗਏ ਤੇ ਪੁੱਟੇ ਵੀ ਗਏ, ਉਹਨਾਂ ਦੇ ਕੋਈ ਰਸਤਾ ਕੋਈ ਬਚਿਆ ਨੀ ਸੀਗਾ, ਵੈਸੇ ਤੇ ਬੁਝਦਲੀ ਆ ਰਸਤੇ ਦੀ, ਕਹਿ ਸਕਦੇ ਵੀ ਬੁਝਦਲੀ ਉਹਨਾਂ ਦੀ ਜੀ। ਉਹਨਾਂ ਦੋਵਾਂ ਨੇ ਕੀ ਕੀਤਾ ਵੀ ਉਹ ਘਰੋਂ ਗਏ ਨੇ ਬਟਾਲੇ ਵਾਲੇ ਪਾਸੇ ਤੇ ਉਹਨਾਂ ਜਾ ਕੇ ਉੱਥੇ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਸੁਸਾਈਡ ਕਰ ਲਈ, ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ ਜੀ। ਜਿਹੜਾ ਵਿਕਰਾਂਤ ਆ ਉਹਨੇ ਆਪਣੀ ਜਿਹੜੀ ਆ ਇੱਕ ਬਕਾਇਦਾ ਤੌਰ ਤੇ ਜਿਹੜੀ ਦੀ ਪੋਸਟ ਸੀ ਫੇਸਬੁੱਕ ਪੋਸਟ ਤੇ ਪਾਤਾ ਕਿ ਮੈਂ ਐਸ ਕਰਕੇ ਤੇ ਇਹਨਾਂ ਬੰਦਿਆਂ ਦੀ ਵਜ੍ਹਾ ਕਰਕੇ ਅਸੀਂ ਸੁਸਾਈਡ ਕਰ ਲਏ ਜੀ, ਸਾਨੂੰ ਇਹਨਾਂ ਮਾਰ ਦਿੱਤਾ, ਸਾਨੂੰ ਲੁੱਟ ਲਿਆ, ਸਾਡੇ ਕੋਲ ਰਸਤਾ ਕੋਈ ਨਹੀਂ ਰਹਿ ਗਿਆ ਜੀ। ਹੁਣ ਪੁਲਿਸ ਨੇ ਕੀ ਕੀਤਾ ਵੀ ਉਹਨਾਂ 4 ਬੰਦਿਆਂ ਦੇ ਖਿਲਾਫ ਧਾਰਾ 306 ਦਾ ਮੁਕੱਦਮਾ ਤੇ ਦਰਜ ਕਰ ਲਿਆ ਵਾ ਜੀ, ਲੇਕਿਨ ਉਹ ਜੇਲ ਚਲੇ ਜਾਣ ਜੋ ਮਰਜ਼ੀ ਦੇ, ਲੇਕਿਨ ਆਹ ਜਿਹੜੀਆਂ 2 ਜਿੰਦਾਂ ਜਿਹੜੀਆਂ ਜਿਹਨਾਂ ਦੀ ਨਜਾਇਜ਼ ਮੌਤ ਹੋ ਗਈ ਹੈ ਇਹ ਵਾਪਸ ਨਹੀਂ ਮਿਲਣੀ ਜੀ। ਇਸ ਕਰਕੇ ਭਾਈ ਬਾਬੇ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਨੇ ਸੰਘਰਸ਼ ਦੀ ਸਾਨੂੰ ਦਾਤ ਦਿੱਤੀ, ਅਸੀਂ ਸੰਘਰਸ਼ ਕਰੀਏ, ਮਰਨ ਮਰਾਉਣਾ ਛੱਡੀਏ। ਕੋਈ ਪੀਰ ਪੈਗੰਬਰ ਉਹਨੇ ਆਤਮ ਹੱਤਿਆ ਦੀ ਗੱਲ ਕੀਤੀ ਨੀ ਗੀ, ਉਹਨੇ ਸੰਘਰਸ਼ ਦੀ ਗੱਲ ਕੀਤੀ ਹੈ। ਇਸ ਕਰਕੇ ਸੰਘਰਸ਼ ਕਰੋ, ਜੇ ਕਿਤੇ ਧੋਖਾ ਹੋ ਵੀ ਗਿਆ ਤਾਂ ਉਹਦਾ ਟਾਕਰਾ ਕਰਨ ਦੀ ਜਿਹੜੀ ਹਿੰਮਤ ਕਰੋ ਜੀ ਬਿਲਕੁਲ। 1947 ਦੇ ਵਿੱਚ ਜਿਹਨਾਂ ਲੋਕਾਂ ਕੋਲ 500-500 ਕਿੱਲਾ ਜ਼ਮੀਨ ਸੀ ਤੇ ਇੱਥੇ ਆ ਕੇ 50 ਕਿੱਲੇ ਰਹਿ ਗਈ ਸੀ ਉਹਨਾਂ ਕੋਲੇ, ਉਹਨਾਂ ਦੀ ਜ਼ਿੰਦਗੀ ਜੀ ਹੈ ਨਾ ਜੀ, ਅੱਜ ਵੀ ਉਹ ਉਹਨਾਂ ਦੇ ਪਰਿਵਾਰ ਜਿਹੜੇ ਦੂਸਰੀ ਤੀਸਰੀ ਪੀੜ੍ਹੀ ਹੋ ਗਈ ਉਹ ਜਿਉਂਦੇ ਨੇ ਅੱਜ। ਏਡੀ ਕੋਈ ਗੱਲ ਨਹੀਂ ਹੁੰਦੀ ਜੇ ਠੱਗੀ ਵੱਜੀ ਹੈ, ਕੋਈ ਗੱਲ ਨਹੀਂ, ਕੋਸ਼ਿਸ਼ ਕਰੋ, ਪੁਲਿਸ ਨੂੰ ਦਰਖਾਸਤ ਕਰੋ, ਕੋਰਟ ਕੇਸ ਕਰੋ, ਆਖਿਰ ਤੱਕ ਤੇ ਮੰਜ਼ਿਲ ਤੇ ਪਹੁੰਚੋਗੇ, ਸੁੱਚੇ ਹੋ ਤੁਸੀਂ ਤੇ। ਲੇਕਿਨ ਲੋਕਾਂ ਨੂੰ ਇਹ ਨਹੀਂ ਚਾਹੀਦਾ, ਜੇ ਤੁਸੀਂ ਕਮਿਟਮੈਂਟ ਕੀਤੀ ਹੈ, ਜੇ ਤੁਸੀਂ ਭੇਜ ਸਕਦੇ ਹੋ ਠੀਕ, ਨਹੀਂ ਭੇਜ ਸਕਦੇ ਫਿਰ ਠੱਗੀਆਂ ਮਾਰਨਾ ਬੰਦ ਕਰ ਦਿਓ, ਠੱਗੀਆਂ ਨਾਲ ਕਦੀ ਜ਼ਿੰਦਗੀ ਜਿਹੜੀ ਹੈ ਉਹ ਪਾਰ ਨਹੀਂ ਪਈ, ਆਖਿਰਕਾਰ ਜਿਹੜੀ ਕਿਰਤ ਕਰੋ ਤੇ ਵੰਡ ਛੁੱਕੋ ਉਹੀ ਬੰਦੇ ਨੂੰ ਪਾਰ ਪਾਉਂਦੇ ਜੀ। ਬਿਲਕੁਲ ਜੀ, ਆਮ ਆਦਮੀ ਪਾਰਟੀ ਦੇ ਕਿਹੜੇ ਵਿਧਾਇਕ ਨੂੰ ਜਿਹੜੀ ਆ ਬਣਯੋਗ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਜੀ, ਕੀ ਹੈ ਪੂਰਾ ਮਾਮਲਾ? ਬਠਿੰਡਾ ਦਿਹਾਤੀ ਤੋਂ ਤੁਹਾਡੇ ਇੱਥੇ ਚੁਣੇ ਗਏ ਸੀ ਸਾਡੇ ਅਮਿਤ ਰਤਨ ਹੋਰੀ ਜੀ,
ਤੇ ਵਾਕਿਆ ਹੀ ਉਹ ਰਤਨ ਤੁਹਾਨੂੰ ਪਤਾ ਅਕਾਲੀ ਦਲ ਦੇ ਵਿੱਚੋਂ ਵੀ ਇਸੇ ਕਰਕੇ ਕੱਢੇ ਗਏ ਸੀ ਵੀ ਇਹਨਾਂ ਤੇ ਦੋਸ਼ ਲੱਗਦੇ ਸੀ ਵੀ ਇਹ ਠੱਗੀਆਂ ਠੋਰੀਆਂ ਬੜੀਆਂ ਮਾਰਦੇ ਜੀ। ਤੇ ਮੁੜ ਕੇ ਇਹਨਾਂ ਨੂੰ ਹੀਰਾ ਸਮਝ ਕੇ ਉਹਨਾਂ ਕਿਹਾ ਜੀ ਬੜਾ ਵੱਡਾ ਹੀਰਾ ਵਾ, ਇਹਦੇ ਪਰਿਵਾਰ ਦੇ ਬੜੇ ਵੱਡੇ ਬੰਦੇ ਅਫਸਰ ਆ, ਘਰੋਂ ਸਹਿੰਦਾ ਵਾ, ਆਮ ਆਦਮੀ ਪਾਰਟੀ ਨੇ ਸ਼ਾਮਿਲ ਕਰਾ ਲਿਆ ਜੀ। ਤੇ ਜਿਹੜੀ ਉਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਸੀਗੀ ਉਸ ਹਨੇਰੀ ਦੇ ਵਿੱਚ ਇਹਦੀ ਪ੍ਰਵਾਨ ਚੜ ਗਈ ਤੇ ਬਠਿੰਡਾ ਦਿਹਾਤੀ ਤੋਂ ਚੋਣ ਜਿੱਤ ਗਈ ਜੀ। ਲੇਕਿਨ ਜਿਨ੍ਹਾਂ ਦੀ ਆਦਤ ਬਣੀ ਹੁੰਦੀ ਨਾ ਪੁੱਠੇ ਸਿੱਧੇ ਕੰਮ ਕਰਨ ਦੀ, ਬਾਜ ਨਹੀਂ ਆਉਂਦੇ ਜੀ। ਇਹਨਾਂ ਨੇ ਜਿੱਤਣ ਤੋਂ ਬਾਅਦ ਆਪਣੀ ਪ੍ਰਕਿਰਿਆ ਸ਼ੁਰੂ ਕਰਤੀ ਤੇ ਇੱਕ ਪਿੰਡ ਦੇ ਸਰਪੰਚ ਕੋਲੋਂ ਜਿਹਦੀ ਘਰਵਾਲੀ ਸਰਪੰਚ ਸੀ ਤੇ ਉਹਨੂੰ ਕਹਿਤਾ ਵੀ ਤੈਨੂੰ ਅਸੀਂ ਗ੍ਰਾਂਟ ਕਰ ਦਿਆਂਗੇ ਜੇ ਸਾਨੂੰ 25 ਲੱਖ ਰੁਪਇਆ ਦੇਵੇਂਗੇ ਜੀ। ਉਹ ਕਹਿੰਦਾ 25 ਲੱਖ ਮੈਂ ਤੁਹਾਨੂੰ ਦੇ ਦਿੱਤਾ ਤੇ ਮੈਂ ਪਿੰਡ ਦੀ ਪਿੰਡ ਤੇ ਕੀ ਲਾਊਂਗਾ, ਜਵਾਬ ਦੇ ਤੇ ਮੈਂ ਤੁਸੀਂ ਤੇ ਹੈ ਨੀ। ਚਲੋ ਅਖੀਰ ਤੇ ਆ ਕੇ ਇਹਨਾਂ ਦਾ 5 ਲੱਖ ਤੇ 5 ਲੱਖ ਤੇ ਸੌਦਾ ਹੋ ਜਾਂਦਾ ਤੇ 50,000 ਰੁਪਇਆ ਪਹਿਲਾਂ ਦੇ ਦਿੱਤਾ ਜਾਂਦਾ ਤੇ 4 ਲੱਖ ਰੁਪਇਆ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਬਠਿੰਡਾ ਦੇ ਸਰਕਟ ਹਾਊਸ ਦੇ ਵਿੱਚ 16 ਫਰਵਰੀ ਨੂੰ ਜਿਹੜੇ ਸਾਡੇ ਵਿਧਾਇਕ ਸਾਹਿਬ ਨੇ ਉਹਨਾਂ ਦੇ ਇੱਕ ਨਿੱਜੀ ਤੌਰ ਤੇ PA ਸਮਝੋ, OSD ਸਮਝੋ, ਰਿਸ਼ਮ ਗਰਭ ਜਿਨ੍ਹਾਂ ਦੇ ਸਕੂਲ ਸਕਾਲ ਵੀ ਚੱਲਦੇ ਇੱਥੇ ਉਹਨਾਂ ਨੂੰ ਦਿੰਦੇ ਨੇ ਜੀ। ਲੇਕਿਨ ਉਦੋਂ ਪਹਿਲਾਂ ਵਿਜੀਲੈਂਸ ਨਾਲ ਰਾਬਤਾ ਕਾਇਮ ਕਰ ਲੈਂਦੇ, ਭਾਈ ਸਾਡੇ ਤੇ ਠੱਗੀ ਹੋ ਰਹੀ ਆ, ਆਓ ਸਾਡੀ ਮਦਦ ਕਰੋ ਜੀ। ਉਹਦੀ ਬਕਾਇਦਾ ਤੌਰ ਤੇ ਵੀਡੀਓਗ੍ਰਾਫੀ ਹੁੰਦੀ ਆ, ਕਿੱਦਾਂ ਉਹ ਪੈਸੇ ਦਿੰਦੇ ਆ, ਕਿੱਦਾਂ ਪੈਸੇ ਦਿੱਤੇ ਜਾਂਦੇ ਆ, ਕਿੱਦਾਂ ਕਾਰ ਚ ਰੱਖੇ ਜਾਂਦੇ ਜੀ। ਤੇ ਵਿਜੀਲੈਂਸ ਰੰਗੇ ਹੱਥ ਫੜ ਲੈਂਦੀ ਆ। ਰੰਗੇ ਹੱਥ ਦਾ ਮਤਲਬ ਹੁੰਦਾ ਵੀ ਨੋਟਾਂ ਦੇ ਇੱਕ ਪਾਊਡਰ ਜਿਹਾ ਲੱਗਾ ਹੁੰਦਾ, ਜਦੋਂ ਉਹ ਬੰਦਾ ਫੜ ਕੇ ਖੋਲ ਕੇ ਅੰਦਰ ਰੱਖਦਾ ਤੇ ਮੁੜ ਕੇ ਉਹਦੇ ਹੱਥ ਧੋਂਦੇ ਤੇ ਉਹ ਲਾਲ ਹੋ ਜਾਂਦਾ ਪਾਣੀ, ਉਹਨੂੰ ਰੰਗੇ ਹੱਥ ਕਹਿੰਦੇ ਜੀ। ਹੁਣ ਉਹਦੇ ਵਿੱਚ ਉਹਨੇ ਕਹਿਤਾ, ਰੇਸ਼ਮ ਨੇ ਕਹਿਤਾ, ਮੇਰੇ ਤੇ PA ਹੀ ਨੀ ਹੈਗਾ, ਮੈਂ ਤਾਂ ਜਾਣਦਾ ਹੀ ਨੀ ਬੰਦਾ ਕੌਣ ਆ। ਲੇਕਿਨ ਬਚਪਨ ਦਾ ਦੋਸਤ, ਇਕੱਠੇ ਪੜ੍ਹੇ ਲਿਖੇ ਨੇ, ਇਕੱਠੇ ਪ੍ਰਵਾਨ ਚੜੇ ਨੇ, ਇੱਥੇ ਸਾਰੇ ਕੰਮ ਕਰਦੇ ਰਹੇ ਨੇ। ਫਿਰ ਉਦੋਂ ਇਹਨਾਂ ਨੇ ਛੱਡਤਾ ਵਿਜੀਲੈਂਸ ਨੇ, ਕੋਈ ਕਾਰਵਾਈ ਨਹੀਂ ਕੀਤੀ। 16 ਤਰੀਕ ਨੂੰ ਰਿਸ਼ਮ ਗਰਗ ਨੂੰ ਤੇ ਨਾਲ ਪੈਸੇ ਫੜ ਕੇ ਤੇ ਮੁਕੱਦਮਾ ਦਰਜ ਕਰ ਦਿੰਦਾ ਵਾ ਰਿਸ਼ਮ ਗਰਗ ਦੇ ਉੱਤੇ, ਭਾਈ ਤੂੰ ਆ ਜਾ ਇੱਧਰ ਜੀ। ਫਿਰ ਉਹਦੀ ਜਿਹੜੀ ਆ ਜਿਹੜੇ ਹੁੰਦੇ ਸਰਪੰਚ ਨਾਲ ਗੱਲਬਾਤ ਵੀ ਹੋਈ ਆ ਟੈਲੀਫੋਨ ਤੇ, ਜੋ ਉਹਨਾਂ ਜੋ ਗੱਲਬਾਤ ਹੁੰਦੀ ਆ ਆਪਣੇ ਵਿਧਾਇਕ ਨਾਲ, ਉਹਦੀ ਸਾਰੀ ਗੱਲਬਾਤ ਜਿਹੜੀ ਆ ਉਹ ਵਿਜੀਲੈਂਸ ਕੱਢ ਲੈਂਦੀ ਜੀ। ਕੱਢਣ ਤੋਂ ਬਾਅਦ ਫਿਰ 22 ਤਰੀਕ ਨੂੰ ਅਮਿਤ ਰਤਨ ਨੂੰ ਜਿਹੜਾ ਵਾ ਉਹ ਗ੍ਰਿਫਤਾਰ ਕਰ ਲੈਂਦਾ 22 ਫਰਵਰੀ। 22 ਫਰਵਰੀ ਨੂੰ ਇਹ ਜਿਹੜੀ ਆ ਫੜੇ ਜਾਂਦੇ ਨੇ, ਅੰਦਰ ਚਲੇ ਜਾਂਦੇ ਨੇ, ਇਹਨਾਂ ਦਾ ਰਿਮਾਂਡ ਵੀ ਲਿਆ ਜਾਂਦਾ, ਪੁੱਛ ਪੜਤਾਲ ਵੀ ਹੁੰਦੀ ਆ। ਜਿਹੜੀ ਇਹਨਾਂ ਦੀ ਟੈਲੀਫੋਨ ਤੇ ਗੱਲਬਾਤ ਉਹ ਬੀਬੀ ਸਰਪੰਚ ਦੇ ਪਤੀ ਨਾਲ ਹੁੰਦੀ ਆ, ਉਹ ਬਕਾਇਦਾ ਤੌਰ ਤੇ ਫੋਰੈਂਸਿਕ ਵਿਭਾਗ ਦੇ ਕਹਿਤਾ ਇਹ ਬਿਲਕੁਲ ਠੀਕ ਆ, ਓਕੇ, ਇਸੇ ਬੰਦੇ ਦੀ ਆਵਾਜ਼ ਹੈਗੀ ਜੀ। 11 ਅਪ੍ਰੈਲ ਨੂੰ ਇਹਨਾਂ ਦੀ ਜਿਹੜੀ ਜ਼ਬਾਨ ਚਲਾਉਂਦੇ ਨੇ ਤੇ ਉਹ ਜ਼ਬਾਨ ਜਿਹੜੀ ਆ ਇਹਨਾਂ ਦੀ ਪਹਿਲਾਂ ਲੋਅਰ ਕੋਰਟ ਤੋਂ ਫਿਰ ਸੈਸ਼ਨ ਕੋਰਟ ਤੋਂ ਰੱਦ ਹੋ ਜਾਂਦੀ ਜੀ। ਇਹ ਫਿਰ ਹਾਈ ਕੋਰਟ ਚਲੇ ਜਾਂਦੇ ਆ ਜੀ। ਹਾਈ ਕੋਰਟ ਲਗਭਗ 3 ਮਹੀਨੇ ਬਾਅਦ ਇਹਨਾਂ ਨੂੰ ਹੁਣ ਕੱਲ ਜ਼ਬਾਨਤ ਦੇ ਦਿੰਦੀ ਆ। ਲੇਕਿਨ ਇਹਨਾਂ ਦੇ ਪ੍ਰੂਫ ਇੰਨੇ ਕੁ ਪੱਕੇ ਹੋ ਗਏ ਵੀ ਇਹਨਾਂ ਦਾ ਬਚਾਓ ਹੋਣਾ ਬੜਾ ਮੁਸ਼ਕਲ ਆ। ਲੇਕਿਨ ਫਿਰ ਵੀ ਜਿਹੜੀ ਸਾਡੇ ਹੈ ਨਾ ਵਕੀਲ, ਉਹ ਕੋਈ ਨਾ ਕੋਈ ਨੁਕਤਾ ਲੱਭ ਲੈਂਦੇ, ਇੱਕ ਨੁਕਤਾ ਲੱਭ ਲੈਂਦੇ ਕਿ ਸਾਡਾ ਇੱਕ ਅਸੂਲ ਆ ਜੀ, ਸਾਡੀ ਨਿਆਂਪਾਲਿਕਾ ਦਾ ਇੱਕ ਜਿਹੜਾ ਅਸੂਲ ਇਹ ਆ ਕਿ ਤੁਹਾਡੇ ਕੋਲੋਂ 100 ਦੇ ਵਿੱਚੋਂ 99 ਜਿਹੜੇ ਗੁਨਾਹਗਾਰ ਛੁੱਟ ਜਾਣ, ਕੋਈ ਗੱਲ ਨਹੀਂ, ਇੱਕ ਬੇਗੁਨਾਹ ਸਜ਼ਾ ਨਹੀਂ ਹੋਣੀ ਚਾਹੀਦੀ ਜੀ। ਉਸੇ ਤਰ੍ਹਾਂ ਤੇ ਸਾਡੀ ਅੱਜ ਵੀ ਜਿਹੜੀ ਆ ਜਿਹੜੀ ਸਜ਼ਾ ਦੀ ਆ ਨਾ, ਸਜ਼ਾ ਦੀ ਜਿਹੜੀ ਪਰਸੈਂਟੇਜ ਉਹ ਬਾਕੀ ਨੂੰ ਬੜੀ ਘੱਟ ਹੈਗੀ ਜੀ। ਹੁਣ ਅਮਿਤ ਸ਼ਾਹ ਜਿਹੜੇ ਅਮਿਤ ਰਤਨ ਆ, ਰਤਨ ਤੇ ਹੈਗੇ ਨੇ, ਉਹਨਾਂ ਨੂੰ ਜ਼ਬਾਨ ਤੇ ਮਿਲ ਗਈ ਆ, ਕੇਸ ਲੜਨਾ ਪਏਗਾ ਜੀ। ਲੇਕਿਨ ਆਮ ਆਦਮੀ ਪਾਰਟੀ ਦੂਜਿਆਂ ਦੇ ਬੜੇ 5 ਲੱਖ ਕੱਸਦੀ ਆ, ਤਾਂ ਅੱਜ ਕਿਉਂ ਨੀ ਕਿਹਾ ਵੀ ਜ਼ਬਾਨ ਕਿਵੇਂ ਮਿਲ ਗਈ ਇਹਨਾਂ ਨੂੰ, ਕੀ ਤੁਸੀਂ ਇਸ ਜ਼ਬਾਨ ਤੇ ਨੂੰ ਸੁਪਰੀਮ ਕੋਰਟ ਚੈਲੰਜ ਕਰੋਗੇ ਕਿਉਂ ਜ਼ਬਾਨ ਦਿੱਤੀ ਗਈ ਇਹਨੂੰ ਜੀ। ਉਹਦੇ ਤੇ ਭਗਵੰਤ ਮਾਨ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਜੀ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਹੈਗੀ ਆ ਜੀ, ਉਹ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਪੰਜਾਬ ਵਿਧਾਨ ਸਭਾ ਦੇ ਸਪੀਕਰ, ਇਹ ਵੀ ਜਿਹੜੇ ਆ ਕੁਲਤਾਰ ਸੰਧਵਾ ਜੀ, 6 ਸਾਥੀਆਂ ਸਮੇਤ ਬਰੀ ਹੋ ਗਿਆ। ਕੀ ਸੀ ਪੂਰਾ ਮਾਮਲਾ ਜੀ? ਇਹ ਮਾਮਲਾ ਇਹ ਸੀਗਾ ਜੀ, ਇਹ 6 ਸਤੰਬਰ 2020 ਨੂੰ ਇਹਨਾਂ ਨੇ ਬਕਾਇਦਾ ਤੌਰ ਤੇ ਇੱਕ ਸੜਕ ਰੋਕ ਦਿੱਤੀ ਸੀ ਕੁਲ ਸੰਧਵਾ ਸਾਹਿਬ ਨੇ ਜੀ। ਉਦੋਂ ਵੀ ਇਹ ਵਿਧਾਇਕ ਹੈਗੇ ਸੀਗੇ ਤੇ ਰੋਕੀ ਕਿਉਂ ਸੀਗੇ,
ਇਹਨਾਂ ਦੇ ਲਾਗੇ ਸੀਵਰੇਜ ਦਾ ਪਾਣੀ ਜਿਹੜਾ ਨਾਲਾ ਜਾਂਦਾ ਸੀ ਗੰਦਾ ਨਾਲਾ ਜੀ ਉਹ ਟੁੱਟ ਕੇ ਲੋਕਾਂ ਦੇ ਘਰਾਂ ਚ ਪਾਣੀ ਆ ਗਿਆ ਸੀ ਤੇ ਇਹਨਾਂ ਕਹਿ ਤੁਸੀਂ ਲੋੜੀਂਦੇ ਪ੍ਰਬੰਧ ਕਿਉਂ ਨੀ ਕਰ ਰਹੇ ਤੁਸੀਂ ਇਹਨਾਂ ਨੇ ਉਦੋਂ ਕੋਵਿਡ ਵੀ ਚੱਲ ਰਿਹਾ ਸੀ ਵੀ ਤੁਸੀਂ ਬੰਦੇ ਇਕੱਠੇ ਨਹੀਂ ਹੋਣੇ ਤੁਸੀਂ ਲੇਕਿਨ ਇਹਨਾਂ ਨੇ ਕੋਈ 40-50 ਬੰਦਿਆਂ ਨੇ ਇਕੱਠੇ ਹੋ ਕੇ ਫਿਰ ਧਰਨਾ ਲਾਇਆ ਧਰਨਾ ਲਾਉਣ ਤੋਂ ਬਾਅਦ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ ਕੋਈ 12-13-15 ਬੰਦੇ ਜਿਹੜੇ ਬਾਈ ਨੇਮ ਸੀ ਤੇ ਬਾਕੀ 20-25 ਬੰਦੇ ਜਿਹੜੇ ਸੀ ਉਹ ਅਣਪਛਾਤੇ ਸੀਗੇ ਜੀ 15 ਸਤੰਬਰ 1921 ਨੂੰ ਇਹਨਾਂ ਦਾ ਚਲਾਨ ਵੀ ਪੇਸ਼ ਹੋ ਗਿਆ ਚਲਾਨ ਪੇਸ਼ ਹੋਣ ਤੋਂ ਬਾਅਦ ਕੱਲ ਇਹਨਾਂ ਨੂੰ ਬਕਾਇਦਾ ਤੌਰ ਤੇ ਅਦਾਲਤ ਨੇ ਇਸ ਕੇਸ ਚੋਂ ਬਰੀ ਕਰ ਦਿੱਤਾ ਬਸਨਵਾ ਸਾਹਿਬ ਨੇ ਜੀ ਤੁਹਾਨੂੰ ਪਤਾ ਹੋਏਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਅਮਿਤ ਅਰੋੜਾ ਅਮਨ ਅਰੋੜਾ ਹੋਰੀ ਅਨਮੋਲ ਗਗਨ ਹੋਰੀ ਫਿਰ ਸਾਡੇ ਜਿਹੜੇ ਹੈਗੇ ਨੇ ਆਪਣੇ ਹਰਪਾਲ ਚੀਮਾ ਹੋਰੀ ਜੀ ਇਹਨਾਂ ਨਰਿੰਦਰ ਸ਼ੇਰਗਿੱਲ ਹੋਰੀ ਇਹਨਾਂ ਨੇ ਵੀ ਬਕਾਇਦਾ ਤੌਰ ਤੇ 2021 ਦੇ ਵਿੱਚ ਇੱਕ ਵਾਰੀ ਮੁੱਖ ਮੰਤਰੀ ਜਿਹੜੇ ਸਾਡੇ ਕੈਪਟਨ ਅਮਰਿੰਦਰ ਸਿੰਘ ਸੀ ਬਿਜਲੀ ਦੀਆਂ ਦਰਾਂ ਵਧੀਆਂ ਸੀ ਉਹਦੇ ਖਿਲਾਫ਼ ਧਰਨਾ ਲਾਇਆ ਸੀ ਜੀ ਉਹਨਾਂ ਤੇ ਵੀ ਪਰਚਾ ਹੋਇਆ ਸੀ ਤੇ ਤਰੀਕਾ ਤੇ ਨਹੀਂ ਗਏ ਸੀ ਮੁੜ ਕੇ ਹਾਈਕੋਰਟ ਤੋਂ ਜ਼ਮਾਨਤ ਲੈਣੀ ਪਈ ਸੀ ਉਹ ਕੇਸ ਵੀ ਅਜੇ 4-5 ਦਿਨ ਚੱਲ ਰਿਹਾ ਇਹਨਾਂ ਦਾ ਜੀ ਹੁਣ ਇਹਦੇ ਵਿੱਚ ਕੱਲ ਬਕਾਇਦਾ ਤੌਰ ਤੇ ਕੁਲਤਾਰ ਸਿੰਘ ਸੰਧਵਾ ਤੇ ਇਹਨਾਂ ਨਾਲ 6 ਹੋਰ ਸਾਥੀ ਜਿਹੜੇ ਆ ਇਹਨਾਂ ਨੂੰ ਤੇ ਬਰੀ ਕਰ ਦਿੱਤਾ ਗਿਆ 3 ਸਾਲ ਪੁਰਾਣੇ ਕੇਸ ਦੇ ਵਿੱਚੋਂ ਲੇਕਿਨ ਬਾਕੀ ਦੇ ਵਿੱਚ ਜਿਹੜੇ ਬਾਬੂ ਲਾਲ ਜਿਹੜੇ ਸਾਡੇ ਐਡਵੋਕੇਟ ਨੇ ਉਹ ਕਹਿੰਦੇ ਬਾਕੀਆਂ ਦੇ ਖਿਲਾਫ਼ ਜਿਹੜਾ ਕੇਸ ਉਹ ਜਾਰੀ ਰਹੇਗਾ ਉਹਨਾਂ ਦੀ ਜਿਹੜੇ ਬੰਦੇ ਅਣਪਛਾਤੇ ਉਹ ਤਾਂ ਲੱਭਣੇ ਨੀ ਜਿਹੜੇ ਬਾਕੀਆਂ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਉਹਨਾਂ ਦੀ ਗ੍ਰਿਫਤਾਰੀ ਕਰਕੇ ਉਹਨਾਂ ਖਿਲਾਫ਼ ਕੇਸ ਜਾਰੀ ਰਹੇਗਾ ਬਿਲਕੁਲ ਸਰੋਤਿਓ ਸਾਡੇ ਨਾਲ ਨੇ ਸ਼ਮਾਦਾਨ ਦੇ ਵਿੱਚ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਜੀ ਪੱਟੀ ਅਤੇ ਤੁਸੀਂ ਸਟੂਡੀਓ ਦੇ ਫੋਨ 9114-10-666 9114-10-666 'ਤੇ ਕਾਲ ਵੀ ਕਰ ਸਕਦੇ ਹੋ ਸਾਰੀਆਂ ਲਾਈਨਾਂ ਖੁੱਲ੍ਹੀਆਂ ਨੇ ਜੀ ਪ੍ਰੋਗਰਾਮ ਚੱਲ ਰਿਹਾ ਸ਼ਮਾਦਾਨ ਅਤੇ ਪੱਟੀ ਸਾਹਿਬ ਇੱਕ NIA ਦੀ ਖਬਰ ਜਿਹੜੀ ਹੈਗੀ ਹੈ ਕਾਫੀ ਵਾਇਰਲ ਹੋ ਰਹੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਸਲਮਾਨ ਸਮੇਤ 10 ਵਿਅਕਤੀ ਜਿਹੜੇ ਹੈਗੇ ਲਾਰੈਂਸ ਬਿਸ਼ਨੋਈ ਦੀ ਕਹਿੰਦੇ ਹਿੱਟ ਲਿਸਟ 'ਤੇ ਸਨ NIA ਦਾ ਕਹਿਣਾ ਜੀ ਕੀ ਹੈ ਜੀ ਪੂਰੇ ਰਿਪੋਰਟ ਬੇਸਿਕਲੀ ਵੇਖੋ ਕਿੰਨੀਆਂ ਜਿਹੜੀਆਂ ਸਾਡੀਆਂ ਨਾ ਜਿੱਦਾਂ ਦਲੇਰੀਆਂ ਹੈਗੀਆਂ ਨੇ ਜੀ ਜਿਹੜਾ ਲਾਰੈਂਸ ਬਿਸ਼ਨੋਈ ਆ ਉਹ ਅੱਜ ਕੱਲ NIA ਦੇ ਕੋਲ ਆ ਉਹ ਜਾਂਚ ਕਰਨ ਵਾਸਤੇ ਵੀ ਇਹਨਾਂ ਦੇ ਜਿਹੜੇ ਨਾ ਪਿਛਲੇ ਜੇ ਇੱਕ ਖ਼ਬਰਾਂ ਛਪੀਆਂ ਸੀਗੀ ਵੀ ਜਿਹੜੇ ਗੈਂਗਸਟ ਆ ਸਮਗਲਰ ਆ ਤੇ ਅੱਤਵਾਦੀ ਆ ਜੀ ਇਹ ਤਿੰਨਾਂ ਦਾ ਗੱਠਜੋੜ ਬਣ ਚੁੱਕਾ ਤੇ NIA ਜਿਹੜੀ ਆ ਉਹ ਬਣਾਈ ਇਸੇ ਵਾਸਤੇ ਗਈ ਆ ਵੀ ਜਿੱਥੇ ਵੀ ਅੱਤਵਾਦੀ ਗਤੀਵਿਧੀ ਹੁੰਦੀ ਆ ਉਹਦੀ ਜਾਂਚ NIA ਕਰੇਗੀ ਜਦੋਂ 2007 ਦੇ ਵਿੱਚ ਤੁਹਾਨੂੰ ਪਤਾ ਨਾ ਉਹ ਤਾਜ ਦਾ ਹਮਲਾ ਹੋਇਆ ਸੀਗਾ ਉਦੋਂ ਸਾਡੇ ਕੋਲ ਕੋਈ ਇਹੋ ਜਿਹੀ ਏਜੰਸੀ ਨਹੀਂ ਸੀ ਸਿੱਧੇ ਰੂਪ ਚ ਦੱਸ ਸਕੇ ਆਪਣੇ ਲੈਵਲ ਤੇ ਜਾਂਚ ਕਰ ਸਕੇ ਉਦੋਂ NIA ਦੇ ਗਠਨ ਕੀਤਾ ਗਿਆ ਸੀ ਵੀ ਇਹਨੂੰ ਕਿਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਉਹ ਪੂਰੇ ਭਾਰਤ ਦੇ ਵਿੱਚੋਂ ਕਿਤੋਂ ਵੀ ਜਾ ਕੇ ਬੰਦੇ ਨੂੰ ਫੜ ਸਕਦੀ ਜੀ ਹੁਣ ਲਾਰੈਂਸ ਬਿਸ਼ਨੋਈ ਦੇ ਉੱਤੇ ਜਿਹੜਾ ਉਹ ਗੈਂਗਸਟਰਾਂ ਦਾ ਪਿਆ ਸੀ ਵੀ ਗੈਂਗਸਟਰਾਂ ਦਾ ਸਮਗਲਰਾਂ ਦਾ ਤੇ ਅੱਤਵਾਦੀਆਂ ਦਾ ਗੱਠਜੋੜ ਜਿਹੜਾ ਵਾ ਉਹ ਦੇਸ਼ ਲਈ ਘਾਤਕ ਸਿੱਧ ਹੋ ਗਿਆ ਤੇ ਉਸ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਲਾਰੈਂਸ ਬਿਸ਼ਨੋਈ ਦੀ ਪੁੱਛਗਿੱਛ ਜਿਹੜੀ ਉਹ NIA ਕਰ ਰਹੀ ਜੀ ਤੇ NIA ਦੇ ਕੋਲੇ ਲਾਰੈਂਸ ਬਿਸ਼ਨੋਈ ਨੇ ਜਿੱਥੇ ਬਕਾਇਦਾ ਤੌਰ ਤੇ ਸਿੱਧੂ ਮੂਸੇਵਾਲੇ ਦਾ ਕਤਲ ਮੰਨਿਆ ਵੀ ਅਸੀਂ ਜਿਹੜੀ UP ਤੋਂ ਬਕਾਇਦਾ ਤੌਰ ਤੇ AK-47 ਜਿਹੜੀ ਖਰੀਦੀ ਸੀ ਤੇ 50 ਲੱਖ ਰੁਪਇਆ ਸਾਨੂੰ ਆਇਆ ਸੀਗਾ ਜੀ ਉਹ ਅਸੀਂ ਦੇਖ ਕੇ ਤੇ ਜਿਹੜੇ ਅਸੀਂ ਸ਼ੂਟਰ ਹਾਇਰ ਕੀਤੇ ਸੀਗੇ ਜੀ ਇਹੀ ਗੱਲ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਬਲਕੌਰ ਸਿੰਘ ਹੋਰੀ ਬਾਰ ਬਾਰ ਕਹਿ ਰਿਹਾ ਵੀ ਮੇਰੇ ਪੁੱਤ ਨੂੰ ਜਿਹੜੇ 6 ਲੋਕਾਂ ਨੇ ਮਾਰਿਆ ਵਾ ਉਹਨਾਂ ਦੇ ਵਿੱਚ 5 ਲੋਕ ਤੇ ਜਾਣਦੇ ਨਹੀਂ ਸੀ ਸਿੱਧੂ ਮੂਸੇਵਾਲਾ ਕੌਣ ਜੀ ਜੇ ਜਾਣਦੇ ਹੁੰਦੇ ਸ਼ਾਇਦ ਨਾ ਉਹ ਕਰਦੇ ਉਹ ਤਾਂ ਪੈਸੇ ਲੈ ਕੇ ਕੰਮ ਕਰਨ ਵਾਲੇ ਸੀਗੇ ਜੀ ਇੱਕ ਵਿਅਕਤੀ ਜ਼ਰੂਰ ਜਾਣਦਾ ਸੀਗਾ ਹੁਣ ਜਦੋਂ ਇਹਦੀ ਇੰਟਰੋਗੇਸ਼ਨ ਹੋਈ ਆ ਉਹਦੇ ਵਿੱਚ ਇਹਨੇ ਮੰਨਿਆ ਆਪ ਇਹਨੇ ਇਹਨੇ ਗੱਲ ਕਹੀ ਆ ਵੀ ਸਾਡੀ ਹਿੱਟ ਲਿਸਟ ਦੇ ਉੱਤੇ ਇਕੱਲਾ ਸਿੱਧੂ ਮੂਸੇਵਾਲਾ ਨਹੀਂ ਜੀ ਸਾਡੀ ਹਿੱਟ ਲਿਸਟ ਉੱਤੇ ਅਜੇ 10 ਬੰਦੇ ਹੋਰ ਹੈਗੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਪ੍ਰਸਿੱਧ ਬਾਲੀਵੁੱਡ ਜਿਹੜਾ ਸਾਡਾ ਅਦਾਕਾਰ ਆ ਸਲਮਾਨ ਖਾਨ ਉਹ ਵੀ ਹਿੱਟ ਲਿਸਟ ਤੇ ਜੀ ਤੁਹਾਨੂੰ ਪਤਾ ਹੋਵੇਗਾ ਸਲਮਾਨ ਖਾਨ ਜਿਹੜਾ ਵਾ ਉਹਨਾਂ ਨੇ ਇੱਕ ਜਿਹੜਾ ਸੀ ਕਾਲਾ ਹਿਰਨ ਮਾਰਿਆ ਸੀ ਸ਼ਿਕਾਰ ਕੀਤਾ ਸੀਗਾ ਤੇ ਜਿਹੜਾ ਬਿਸ਼ਨੋਈ ਭਾਈਚਾਰਾ ਵਾ ਉਹ ਕਾਲੇ ਹਿਰਨ ਨੂੰ ਆਪਣਾ ਇਸ਼ਟ ਮੰਨਦੇ ਨੇ ਜੀ ਪੂਜਾ ਕਰਦੇ ਜੀ ਸਚਿਨ ਬਿਸ਼ਨੋਈ ਜਿਹੜਾ ਇਹਨਾਂ ਦਾ ਹੈਗਾ ਭਣੇਵਾ ਵਾ ਜਿਹੜਾ ਵਿਦੇਸ਼ ਬੈਠਾ ਇਸ ਵੇਲੇ ਜੀ ਜਲਦੀ ਪਾਸਪੋਰਟ ਤੇ ਗਿਆ ਵਾ ਉਹਨੇ ਵੀ ਉਦੋਂ ਕਿਹਾ ਸੀ ਵੀ ਅਸੀਂ
सलमान खान ਨੂੰ ਛੱਡਾਂਗੇ ਨਹੀਂ ਜਾਂ ਜਨਤਕ ਤੌਰ ਤੇ ਆਪਣੀ ਗਲਤੀ ਮੰਨੇ ਜੀ। ਚਲੋ ਅਦਾਲਤ ਨੇ ਉਹਨੂੰ ਰਾਹ ਦਿੱਤੀ, ਕੁਛ ਸਮਾਂ ਜੇਲ੍ਹ 'ਚ ਵੀ ਰਿਹਾ, ਉਹ ਵੱਖਰੀ ਗੱਲ ਆ। ਹੁਣ ਇਹਨੇ ਕਿਹਾ ਵੀ ਸਾਡੀ ਹਿਟਲਿਸਟ ਤੇ ਅੱਜ ਵੀ ਉਹ ਹੈਗਾ ਤੇ ਅਸੀਂ ਦੋ ਵਾਰੀ ਅਟੈਂਪਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਲੇਕਿਨ ਸਾਨੂੰ ਸਿਕਿਉਰਿਟੀ ਦੇ ਪ੍ਰਬੰਧ ਜ਼ਿਆਦਾ ਹੋਣ ਕਰਕੇ ਇਹਦੇ ਅਸੀਂ ਅਟੈਂਪਟ ਨਹੀਂ ਕਰ ਸਕੇ ਜੀ। ਦੂਜਾ ਉਹਨਾਂ ਨੇ ਕਿਹਾ ਕਿ ਸਗਨਪ੍ਰੀਤ ਮੈਨੇਜਰ ਜਿਹੜਾ ਸੀ ਇਹਦਾ ਆਪਣੇ ਦਾ ਸਿੱਧੂ ਮੂਸੇ ਵਾਲੇ ਦਾ ਜੀ, ਸਿੱਧੂ ਮੂਸੇ ਵਾਲੇ ਦਾ ਜਿਹੜਾ ਮੈਨੇਜਰ ਸੀ ਸਗਨਪ੍ਰੀਤ, ਅੱਜ ਆਸਟ੍ਰੇਲੀਆ 'ਚ ਬੈਠਾ ਤੇ ਉਹਨੇ ਪਿੱਛੇ ਜੇ ਕਿਹਾ ਸੀ ਵੀ ਮੈਂ ਵਾਪਸ ਆਉਣਾ ਚਾਹੁੰਦਾ, ਮੇਰੀ ਸਿਕਿਉਰਿਟੀ ਦਾ ਪ੍ਰੋਪਰ ਪ੍ਰਬੰਧ ਕਰ ਦਿਓ, ਮੈਂ ਵਾਪਸ ਆ ਜਾਂਦਾ ਜੀ, ਕਿਉਂਕਿ ਮੈਂ ਇਹਨਾਂ ਦੀ ਹਿੱਟ ਲਿਸਟ ਦੇ ਉੱਤੇ। ਉਹਨੇ ਕਿਹਾ ਸੀਗਾ ਵੀ ਜਿਹੜਾ ਹੈਗਾ ਮਿੱਡੂ ਖੇੜਾ ਜੀ, ਵਿੱਕੀ ਮਿੱਡੂ ਖੜੇ ਦੇ ਕਤਲ 'ਚ ਮੇਰਾ ਕੋਈ ਹੱਥ ਨਹੀਂ, ਲੇਕਿਨ ਇਹ ਆਉਂਦੇ ਵੀ ਮਿੱਡੂ ਖੜੇ ਨੂੰ ਮਰਵਾਉਣ ਵਾਲਾ ਸ਼ਗਨਪ੍ਰੀਤ ਤਾਂ ਉਹ ਸਿੱਧੂ ਮੂਸੇ ਵਾਲੇ ਦਾ ਮੈਨੇਜਰ ਸੀ ਜੀ। ਔਰ ਇਹਦੇ ਤੇ ਕਈ ਵਾਰੀ ਭਾਈ ਬਲਕੌਰ ਵੀ ਕਹਿ ਚੁੱਕੇ ਵੀ ਅਸੀਂ ਸਾਡਾ ਕੋਈ ਮੈਨੇਜਰ ਨਹੀਂ ਸੀ, ਅਸੀਂ ਨਹੀਂ ਜਾਣਦੇ, ਸਾਡੇ ਕੋਲ ਕਿਤੇ ਮਿਲਣ ਗਿਲਣ ਆਇਆ ਹੋਊਗਾ, ਸਾਡਾ ਮੈਨੇਜਰ ਮੁੰਜੇ ਕੋਈ ਨਹੀਂ ਸੀ, ਸਾਡੇ ਨਾਲ ਨਾਂ ਨਾ ਜੁੜ ਜਾਵੇਗਾ ਜੀ। ਇੱਕ ਮਨਦੀਪ ਧਾਰੀਵਾਲ, ਇਹ ਲੱਕੀ ਪਟਿਆਲ ਜਿਹੜੀ ਗੈਂਗ ਉਹਦਾ ਮੈਂਬਰ ਹੈ ਜੀ, ਇਹ ਵੀ ਇਹਨਾਂ ਦਾ ਵਿਰੋਧੀ ਆ, ਇਹਦੇ ਤੇ ਵੀ ਉਹਨਾਂ ਦੀ ਅੱਖ ਨੂੰ ਮਾਰਨ ਦੀ ਕਿ ਕੌਸ਼ਲ ਚੌਧਰੀ ਗੈਂਗਸਟ ਆ ਜੀ, ਤੇ ਅਮਿਤ ਡਾਗਰ ਗੈਂਗਸਟ ਦੋ, ਇਹਨਾਂ ਤੇ ਵੀ ਉਹ ਕਹਿੰਦੇ ਸਾਡੇ ਇਹ ਦੋਸ਼ੀ ਨੇ, ਇਹਨਾਂ ਦੇ ਅਸੀਂ ਹਮਲਾ ਕਰਨਾ ਉਹਨੂੰ ਮਾਰਨਾ ਸੀ ਜੀ। ਇੱਕ ਬੰਬੀਆ ਗੈਂਗ ਦਾ ਜਿਹਨੇ ਬੰਬੀਆ ਗੈਂਗ ਨੇ ਵਿੱਕੀ ਮੁੰਡੂ ਖੜੇ ਮਾਰਿਆ ਸੀਗਾ, ਉਹਦਾ ਸੁਖਬੀਰ ਸਿੰਘ ਬੁੱਢਾ ਉਹਦਾ ਮੁਖੀ ਉਹ ਕਹਿੰਦੇ ਉਹ ਵੀ ਸਾਡਾ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਹਿੱਟ ਲਿਸਟ ਹੈ, ਉਹਨੂੰ ਵੀ ਅਸੀਂ ਜ਼ਰੂਰ ਸੋਧਾਂਗੇ ਅਸੀਂ। ਜਿਹੜਾ ਪਟਿਆਲ ਗੈਂਗ ਦਾ ਲੱਕੀ ਪਟਿਆਲ ਜਿਹੜਾ ਵਾ ਉਹਦੇ ਤੇ ਸਾਡੀ ਅੱਖ ਆ, ਤੇ ਗੋਂਡਰ ਗੈਂਗ ਤੁਹਾਨੂੰ ਪਤਾ ਨਾ ਵਿੱਚ ਗਿਆ ਸੀ ਉਹ, ਮੇਰੇ ਖਿਆਲ ਵਿੱਕੀ ਗੋਂਡਰ ਸੀ ਨਾ ਜਿਹੜਾ ਮਾਰਿਆ ਗਿਆ ਸੀ ਗੰਗਾਨਗਰ ਦੇ ਵਿੱਚ, ਮੇਰੇ ਖਿਆਲ ਸ਼ਾਇਦ ਉਹਦੇ ਪੁਲਿਸ ਦੇ ਅਤੇ ਦੋਵਾਂ ਦੀ ਮੁੱਠਭੇੜ ਦੇ ਵਿੱਚ, ਉਹਨਾਂ ਦੀ ਮੁੜਕੇ ਭੈਣ ਨੇ ਬਾਅਦ 'ਚ ਇਲੈਕਸ਼ਨ ਲੜੀ ਸੀ, ਬਹੁਤ ਥੋੜੀਆਂ ਵੋਟਾਂ 'ਤੇ ਹਰੀ ਸੀਗੀ ਜੀ। ਉਹਦਾ ਇੱਕ ਸਰਗਣਾ ਹੈਗਾ ਰਮੀ ਮਸਾਲਾ ਜੀ, ਉਹ ਕਹਿੰਦੇ ਇਹ ਵੀ ਸਾਡੀ ਹਿੱਟ ਲਿਸਟ 'ਤੇ ਆ। ਤੇ ਇੱਕ ਗੋਂਡਰ ਗੈਂਗ ਦਾ ਇੱਕ ਹੋਰ ਲੀਡਰ ਹੈ ਗੁਰਪ੍ਰੀਤ ਸੇਖੋ ਜੀ, ਉਹ ਕਹਿੰਦੇ ਇਹਨੇ ਵੀ ਸਾਡਾ ਬਹੁਤ ਨੁਕਸਾਨ ਕੀਤਾ, ਅਸੀਂ ਇਹਨੂੰ ਵੀ ਮਾਰਾਂਗੇ ਜੋ ਮਰਜ਼ੀ ਹੋ ਜੇ, ਹਰ ਪ੍ਰਕਾਰ ਦਾ ਹੱਥਕੰਡਾ ਅਪਣਾਵਾਂਗੇ। ਇੱਕ ਭੋਲੂ ਸ਼ੂਟਰ ਸੰਨੀ ਲੈਫਟੀ ਤੇ ਅਲਫਨਫ ਜੀ, ਇਹ ਸਾਰੇ ਹੈਗੇ ਨੇ ਵਿੱਕੀ ਮਿੱਡੂ ਖੇਲ ਦੇ ਕਾਤਲ, ਉਹ ਕਹਿੰਦੇ ਇਹਨਾਂ ਤੇ ਸਾਡੀ ਪੂਰੀ ਅੱਖ, ਇਹ ਸਾਰੇ ਅਸੀਂ ਮਾਰਨੇ ਆ ਜੀ, ਜਿੱਦਾਂ ਮਰਜ਼ੀ ਮਾਰੀਏ। ਜਿਹੜਾ ਬੰਦਾ NYA ਦੀ ਹਰਾਸ ਦੇ ਵਿੱਚ ਇਹ ਗੱਲ ਕਹਿ ਰਿਹਾ ਸੀ, ਆਹ 10 ਬੰਦੇ ਸਾਡੀ ਹਿੱਟਲੇ ਤੇ ਅਸੀਂ ਮਾਰਨੇ ਬਾਕੀ ਕੀ ਰਹਿ ਗਿਆ, ਤੇ NYA ਨੇ ਫਿਰ ਜਿਹੜੀ ਸੀ ਇਹ ਗੱਲ ਜ਼ਾਹਰ ਕੀਤੀ ਵੀ ਇਹ ਸਾਡੀ ਹਰਾਸਤ ਜਦੇ ਹੈਗਾ ਅਜੇ ਜੇਲ੍ਹ 'ਚ ਬੈਠਾ, ਤੇ ਇੰਨੀ ਜਿੱਦਾਂ ਦਲੀ ਦਾ ਕਹਿ ਰਿਹਾ ਵੀ ਆਹ ਬੰਦੇ ਸਾਡੀ ਹਿੱਟਲੇ ਸੀ, ਤੇ ਇਹਨਾਂ ਬੰਦਿਆਂ ਦਾ ਬਚਾਓ ਕੀਤਾ ਜਾਣਾ ਚਾਹੀਦਾ ਜੀ। ਦੂਜੀ ਗੱਲ, ਅਗਲੀ ਖਬਰ ਜਿਹੜੀ ਹੈਗੀ ਹੈ ਜੀ, ਇੱਕ ਸਮੇਂ ਜਿਹੜਾ ਹੈ ਸਾਡੇ ਇਲਾਕੇ ਦੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਕਿਹਾ ਸੀ ਕਿ ਜਿਹਨੇ ਬੇਅਦਬੀ ਕਰੀ ਆ ਕਰਾਈ ਆ ਜਾਏ ਅਤੇ ਸਿਆਸਤ ਕਰ ਰਹੇ ਆ ਉਹਨਾਂ ਦਾ ਕੱਖ ਨਾ ਰਹੇ, ਅਤੇ ਅੱਜ ਕਿਹੜੇ ਲੀਡਰ ਨੇ ਕਿਹਾ ਜੀ ਫਿਰ ਵੀ ਜੇ ਮੇਰਾ ਜਿਹੜਾ ਹੈਗਾ ਦੋਸ਼ ਹੋਇਆ ਤਾਂ ਮੇਰਾ ਕੱਖ ਨਾ ਰਹੇ, ਅਤੇ ਜਿਹੜਾ ਮੈਨੂੰ ਫਿਰ ਨਜਾਇਜ਼ ਫਸਾਉਣ ਨੂੰ ਫਿਰਦਾ ਅਤੇ ਫਿਰ ਉਹਦਾ ਵੀ ਕੱਖ ਨਾ ਰਹੇ, ਕਿਸ ਸੰਦਰਭ ਦੇ ਵਿੱਚ ਕਿਹੜੀਆਂ ਰਾਜਨੀਤੀ ਦੀਆਂ ਚਾਲਾਂ ਜਿਹੜੀਆਂ ਨੇ? ਚੰਨੀ ਹੋਰਾਂ ਨੇ ਇੰਨੀ ਗਲਤ ਨਹੀਂ ਕਹੀ, ਲੇਕਿਨ ਬਕਾਇਦਾ ਤੌਰ ਤੇ ਕੱਲ ਉਹ ਚਮਕੌਰ ਸਿੰਘ ਗੁਰਦੁਆਰੇ ਦੇ ਬਾਹਰ ਉਹਨਾਂ ਮੀਡੀਆ ਨੇ ਜਿਹੜੀ ਗੱਲਬਾਤ ਕੀਤੀ ਹੈ ਵੀ ਮੈਂ ਕਿਸੇ ਕਿਸਮ ਦੀ ਕੋਈ ਹੇਰਾਫੇਰੀ ਨਹੀਂ ਕੀਤੀ ਜੀ, ਮੈਨੂੰ ਨਜਾਇਜ਼ ਫਸਾਇਆ ਜਾ ਰਿਹਾ ਵਾ ਜੀ, ਲੇਕਿਨ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਵੀ ਇੱਕ ਕ੍ਰਿਕਟਰ ਜੀ, ਜਦੋਂ ਮੈਂ ਧਰਮਸ਼ਾਲਾ ਦੇ ਵਿੱਚ ਮੈਚ ਵੇਖਣ ਗਿਆ ਸੀ ਉੱਥੇ ਇੱਕ ਕ੍ਰਿਕਟਰ ਨੇ ਮੈਨੂੰ ਇੰਨੀ ਗੱਲ ਕਹੀ ਕਿ ਮੈਨੂੰ ਨੌਕਰੀ ਸਰਕਾਰੀ ਨਹੀਂ ਮਿਲ ਰਹੀ ਸੀ ਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਤੇ ਮੈਂ ਉਹਨੂੰ ਕਿਹਾ ਜੀ ਮੈਂ ਪਲੇਅਰ ਵੀ ਹਾਂ, ਤੇ ਉਹ ਕਹਿੰਦਾ ਤੇਰੀ ਪਲੇਅਰ ਕੋਟੇ 'ਚ ਜਿਹੜੀ ਗੱਲ ਬਣ ਸਕਦੀ ਤੂੰ ਪਲੇਅਰ ਕੋਟੇ 'ਚ ਆ ਜੀ, ਜਦੋਂ ਉਹਨੇ ਇੰਨੀ ਗੱਲ ਕਹੀ ਮੁੜ ਕੇ ਕਹਿੰਦੇ ਕੈਪਟਨ ਸਾਹਿਬ ਚਲੇ ਗਏ ਜੀ, ਆ ਗਏ ਚੰਨੀ ਸਾਹਿਬ ਤੇ ਚੰਨੀ ਸਾਹਿਬ ਨੂੰ ਕਹਿੰਦਾ ਜੀ ਮੈਂ ਜਾ ਕੇ ਮਿਲਿਆ ਤੇ ਚੰਨੀ ਸਾਹਿਬ ਮੈਨੂੰ ਕਹਿਣ ਲੱਗੇ ਤੁਸੀਂ ਮੇਰੇ ਭਣੇਵੇਂ ਨੂੰ ਮਿਲ ਲਓ ਜਾ ਕੇ ਸੰਨੀ ਮੰਨੀ ਗੰਨੀ ਜੋ ਵੀ ਨਾਂ ਲਿਖਾਉਂਦਾ ਜੀ, ਜਦੋਂ ਉਹਨੂੰ ਜਾ ਕੇ ਮਿਲੇ ਤੇ ਉਹ ਕਹਿੰਦਾ ਜੀ ਹਾਂਜੀ, ਕਹਿੰਦੇ ਸਾਨੂੰ ਚੰਨੀ ਜੀ ਨੇ ਭੇਜਿਆ ਤੇ ਆਹ ਕੰਮ, ਉਹ ਕਹਿੰਦਾ ਜੀ ਦੋ ਲਿਓ ਜੀ, ਕਹਿੰਦੇ ਠੀਕ ਆ। ਇਹ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਉਹ ਦੋ ਲੈ ਕੇ ਜੋ 2 ਲੱਖ ਲੈ ਕੇ ਗਏ ਤੇ ਉਹ ਕਹਿੰਦਾ 2 ਲੱਖ ਦਾ ਮਤਲਬ 2 ਕਰੋੜ ਆ, ਲੱਖ ਨੂੰ ਕੌਣ ਪੁੱਛਦਾ ਅੱਜ ਕੱਲ੍ਹ ਇੱਥੇ ਜੀ,
ਉਹ ਕਹਿੰਦਾ ਤੁਸੀਂ ਆਹ 2 ਲੱਖ ਬੜੀ ਮੁਸ਼ਕਲ ਨਾਲ ਕਿੱਥੇ ਦੋ ਕਠਨ ਦੇ ਦਈਏ ਅਸੀਂ ਜੀ ਕਹਿੰਦੇ ਚੰਨੀ ਨੇ ਆਪਣੇ ਆਪਣੇ ਸਮੇਂ ਇਹ ਵੇਖੋ 2-2 ਕਰੋੜ ਰੁਪਇਆ ਇਕੱਠਾ ਲੋਕਾਂ ਤੋਂ ਮੰਗਿਆ ਜੀ ਚੰਨੀ ਹੋਰੀ ਕਹਿੰਦੇ ਨਾ ਮੈਨੂੰ ਆ ਕੇ ਕੋਈ ਮਿਲਿਆ ਜਾਂ ਮੈਨੂੰ ਲੋਕ ਬਹੁਤ ਮਿਲਦੇ ਰਹੇ ਆ ਜੀ ਤੇ ਮੈਨੂੰ ਕਿਸੇ ਨੇ ਕੀ ਕਿਹਾ ਕੀ ਕਿਹਾ ਮੈਨੂੰ ਨੀ ਪਤਾ ਮੈਂ ਕਿਸੇ ਨੇ ਕਿਹਾ ਜਾ ਕੇ ਫਲਾਣੇ ਨੂੰ ਮਿਲ ਲਓ ਤੁਸੀਂ ਜੀ ਇਹ ਤੇ ਗੱਲ ਠੀਕ ਆ ਚੰਨੀ ਹੋਰੀ ਤੁਰੇ ਜਾਂਦੇ ਜਿਹੜੇ ਸੀ ਉਹ ਕੁੜੀ ਦੀ ਬੰਦੀ ਤੇ ਬਹਿ ਕੇ ਲੋਕਾਂ ਦੀ ਗੱਲ ਸੁਣਨ ਲੱਗ ਪੈਂਦੇ ਸੀਗੇ ਜੀ 111 ਦਿਨ ਦੇ ਮੁੱਖ ਮੰਤਰੀ ਰਹੇ ਆ ਜੀ ਤਦ ਉਹਨਾਂ ਨੇ ਕਿਹਾ ਵੀ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਹੈ ਮੈਂ ਕੁਛ ਮਾੜਾ ਕਰਨ ਨੇ ਕੀਤਾ ਜਿਹਨੇ ਕੀਤਾ ਉਹਨੂੰ ਲੋਕੀ ਗੁਰੂ ਪਛਾਣੇ ਜੀ ਤੇ ਨਾਲ ਅਸੀਂ ਭਗਵੰਤ ਮਾਨ ਨੂੰ ਕਹਿੰਦੇ ਹਾਂ ਭਗਵੰਤ ਮਾਨ ਜੀ ਠੁੱਕੀ ਵੜੇ ਨਾ ਕਦੀ ਪੱਕੇ ਤੇ ਨਾ ਪੱਕਣੇ ਜੀ ਜੇ ਤੁਹਾਡੇ ਕੋਲੇ ਸਬੂਤ ਆ ਤੁਸੀਂ ਪਰਚਾ ਕੋਈ ਦਰਜ ਕਰਦੇ ਜੀ ਸਬੂਤਾਂ ਦੇ ਆਧਾਰ ਤੇ ਪਰਚਾ ਦਰਜ ਕਰਕੇ ਬੰਦਾ ਅੰਦਰ ਫੁੱਟੋ ਕਹਿੰਦਾ ਮੈਂ ਤਿਆਰ ਹਾਂ ਉਹ ਕਹਿੰਦਾ ਮੈਨੂੰ ਇਸ ਵਿਅਕਤੀ ਨੇ ਜਿਹੜਾ ਵਾ ਅੰਦਰ ਸੁੱਟਣਾ ਮੈਂ ਤਿਆਰ ਹਾਂ ਮੈਂ ਆਪਣੀ ਲੋਈ ਤਿਆਰ ਰੱਖੀ ਅੰਦਰ ਜਾਣ ਵਾਸਤੇ ਕੋਈ ਗੱਲ ਨਹੀਂ ਜੀ ਤੇ ਭਗਵੰਤ ਮਾਨ ਹੋਰੀ ਕਹਿੰਦੇ ਮੇਰਾ ਮੂੰਹ ਨਾ ਖਿਲਾਓ ਤੇ ਖੋਲ ਲਓ ਇਹੋ ਤੇ ਲੋਕ ਚਾਹੁੰਦੇ ਖੋਲੋ ਤੁਸੀਂ ਦਿੜਬਾ ਦੇ ਵਿੱਚ ਕੱਲ ਤੁਸੀਂ ਉੱਥੋਂ ਦੀ ਸਬ ਤਹਿਸੀਲ ਦਾ ਨੀਂਹ ਪੱਥਰ ਰੱਖਣ ਗਿਆ ਭਾਈ ਇੰਨੇ ਪੈਸੇ ਲਵਾਂਗੇ ਇੰਨੇ ਕਮਰੇ ਬਣਗੇ ਇੰਨਾ ਇੱਥੇ ਬਣੇਗਾ ਇੱਥੇ ਕੁਆਟਰ ਬਣਗੇ ਇੱਥੇ ਬਣੀ ਨਾ ਕਿਆ ਜੀ ਤੇ ਬਾਹਰ ਤੁਹਾਡੇ ਉੱਥੇ ਜਿਹੜੇ ਬੇਰੁਜ਼ਗਾਰ ਜਿਹੜੇ ਸੀ ਨਾਰੇ ਮਾਰਨ ਡੇ ਸੀ ਤੇ ਪੁਲਿਸ ਡਾਂਗਾਂ ਨਾਲ ਕੁੱਟਣ ਲਈ ਸੀ ਉਹਨਾਂ ਨੂੰ ਅੱਜ ਕਿੱਥੇ ਨੇ ਉਸ ਭੈਣ ਦੇ ਭਰਾ ਜਿਹੜੀ ਭੈਣ ਨੂੰ ਕੇਜਰੀਵਾਲ ਸਾਹਿਬ ਜਾ ਕੇ ਇੱਕ ਟੈਂਕੀ ਤੋਂ ਲਾਹ ਕੇ ਲੈ ਗਏ ਸੀ ਭੈਣ ਜੀ ਥੱਲੇ ਉਤਰੋ ਤੁਸੀਂ ਮੇਰੀ ਛੋਟੀ ਭੈਣ ਹੋ ਸਾਡੀ ਸਰਕਾਰ ਆ ਗਈ ਤੇ ਨਾ ਕੋਈ ਧਰਨਾ ਤੇ ਨਾ ਕੋਈ ਮੁਜ਼ਾਹਰਾ ਤੇ ਨਾ ਕੋਈ ਬੇਰੁਜ਼ਗਾਰ ਕੁਛ ਨੀ ਰਹਿ ਗਿਆ ਜੀ ਤਾਂ ਅੱਜ ਉਹ ਭੈਣ ਕਹਿੰਦੀ ਮੇਰਾ ਤਾਂ ਫੋਨ ਹੀ ਕੋਈ ਨੀ ਚੁੱਕਦਾ ਲੱਭਦੇ ਨੀ ਮੇਰੇ ਭਰਾ ਕਿੱਥੇ ਕਿੱਥੇ ਨੀ ਹੈਗੇ ਜੀ ਇਸ ਕਰਕੇ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਹੁਣ ਮਜ਼ਾਇਆ ਕਿਸਮ ਦੇ ਬੰਦੇ ਰਹੇ ਤੁਸੀਂ ਹੁਣ ਮੁੱਖ ਮੰਤਰੀ ਹੋ ਤੇ ਮੁੱਖ ਮੰਤਰੀ ਦੇ ਮੂੰਹ ਚੋਂ ਨਿਕਲਿਆ ਹੋਇਆ ਇੱਕ ਹਿਸਾਬ ਦਾ ਲਫ਼ਜ਼ ਕਾਨੂੰਨ ਹੁੰਦਾ ਵਾ ਜੀ ਉਹਦੇ ਵਾਸਤੇ ਉਹਦੀ ਪੰਜਾਬ ਦੀ ਜਨਤਾ ਵੀ ਵੇਖਦੀ ਹੁੰਦੀ ਆ ਵੀ ਉਹ ਕੀ ਕਹਿ ਰਹੇ ਨੇ ਵਿਰੋਧੀ ਧਿਰ ਵੀ ਵੇਖਦੀ ਹੁੰਦੀ ਆ ਤੇ ਸਾਡੀਆਂ ਸਰਕਾਰੀ ਏਜੰਸੀਆਂ ਵੀ ਵੇਖਦੀਆਂ ਹੁੰਦੀਆਂ ਸਾਡੇ ਮੁੱਖ ਮੰਤਰੀ ਸਾਹਿਬ ਕੀ ਕਹਿ ਰਹੇ ਤੇ ਜੇ ਤੁਹਾਡੇ ਕੋਲ ਪ੍ਰੂਫ ਹੈਗੇ ਆ ਜ਼ਰੂਰ ਚੰਨੀ ਦੇ ਖਿਲਾਫ਼ ਜਿਹੜਾ ਮੁਕੱਦਮਾ ਦਰਜ ਕਰੋ ਚੰਨੀ ਜੀ ਨੂੰ ਅਸੀਂ ਇਹ ਗੱਲ ਕਹਿੰਦੇ ਇਹਨੂੰ ਜਾਤੀ ਨਾਲ ਜੋੜ ਕੇ ਨਾ ਵੇਖੋ ਤੁਸੀਂ ਇਹ ਠੀਕ ਆ ਬੜੀ ਵਧੀਆ ਗੱਲ ਆ ਵੀ ਕਾਂਗਰਸ ਨੇ ਇੱਕ ਵਧੀਆ ਕੀਤਾ ਸੀ ਵੀ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਸੀ ਮੇਰੇ ਖਿਆਲ 'ਚ ਜੇ ਤੱਕ ਦਲਿਤ ਮੁੱਖ ਮੰਤਰੀ ਪੰਜਾਬ ਦਾ ਬਣਿਆ ਸੀ ਪਹਿਲੀ ਵਾਰੀ ਤੁਸੀਂ ਬਣੇ ਸੀ ਸਮਾਂ ਘੱਟ ਸੀਗਾ ਜੀ ਉਹ ਵੱਖਰੀ ਗੱਲ ਆ ਤੇ ਭਗਵੰਤ ਮਾਨ ਨੂੰ ਚਾਹੀਦਾ ਵਾ ਇਹੋ ਜਿਹੇ ਤੁੱਕੀ ਬੜੇ ਨਾ ਭਰਾਉਣ ਜੇ ਉਹਨਾਂ ਕੋਲ ਕੋਈ ਪ੍ਰੂਫ ਹੋ ਗਿਆ ਤੇ ਪਰਚਾ ਦਰਜ ਕਰਕੇ ਤੇ ਫਿਰ ਗੱਲ ਕਰਨ ਵੀ ਆਹ ਵੀ ਚੰਨੀ ਤੇਰੇ ਖਿਲਾਫ਼ ਆਹ ਸਬੂਤ ਹੀ ਤੇ ਚੱਲ ਜੇਲ੍ਹ ਦੇ ਵਿੱਚ ਤੇ ਫਿਰ ਤੇਰੇ ਨਾਲ ਗੱਲ ਕਰਾਂਗੇ ਵੀ ਅਦਾਲਤ ਵਿੱਚ ਕਿੱਦਾਂ ਨਿਕਲਦੇ ਆਪਾਂ ਜੀ ਪੱਟੀ ਸਾਹਿਬ ਇੱਕ 2019 ਦੀਆਂ ਲੋਕ ਸਭਾ ਚੋਣਾਂ ਕਹਿੰਦੇ ਫੌਜੀਆਂ ਦੀਆਂ ਲਾਸ਼ਾਂ ਤੇ ਲੜੀਆਂ ਗਈਆਂ ਸਨ ਕਿਹਨਾਂ ਦਾ ਇਹ ਕਹਿਣਾ ਜੀ ਕੀ ਹੈ ਇਹ ਪੂਰੀ ਖਬਰ 2019 ਦੇ ਵਿੱਚ ਜਿਹੜੇ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਉੱਥੇ ਹੈਗੇ ਸੀ ਮਸਲੇ ਦੇ ਆਪਣੇ ਉਹ ਰਾਜਪਾਲ ਜੀ ਉਹ ਹੈਗੇ ਸੀ ਮਲਕ ਸਾਹਿਬ ਜੀ ਤੇ ਮਲਕ ਸਾਹਿਬ ਨੇ ਪਹਿਲੀ ਵਾਰੀ ਇਹ ਗੱਲ ਨੀ ਕਹੀ ਪਹਿਲਾਂ ਵੀ ਇਹ ਗੱਲਾਂ ਕਹਿੰਦੇ ਰਹੇ ਨੇ ਵੀ ਵੇਖੋ ਜਿਹੜਾ ਪੁਲਵਾਮਾ ਅਟੈਕ ਸੀਗਾ ਉਹ ਇੱਕ ਛਾਜਸ ਸੀਗਾ ਜੀ ਤੇ ਮਲਕ ਸਾਹਿਬ ਹੁਣ ਇੰਨੀ ਗੱਲ ਕਹਿੰਦੇ ਆ ਇਹ ਅਲਵਰ ਜ਼ਿਲ੍ਹੇ ਦੇ ਇੱਕ ਬਾਨਸੂਰ ਚ ਇੱਕ ਪ੍ਰੋਗਰਾਮ ਚ ਗਏ ਉੱਥੇ ਉਹਨਾਂ ਨੇ ਕਿਹਾ ਵੀ 2019 ਦੀਆਂ ਲੋਕ ਸਭਾ ਚੋਣਾਂ ਸਾਡੇ ਸੈਨਿਕਾਂ ਦੀਆਂ ਲਾਸ਼ਾਂ ਤੇ ਲੜੀਆਂ ਗਈਆਂ ਜੀ ਉਹਦੀ ਕੋਈ ਜਾਂਚ ਨਹੀਂ ਹੋਈ ਜੇਕਰ ਜਾਂਚ ਹੁੰਦੀ ਤਾਂ ਜਿਹੜੇ ਤਤਕਾਲੀ ਗ੍ਰਹਿ ਮੰਤਰੀ ਰਾਜਨੰਦ ਸਿੰਘ ਜੀ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਕਈ ਅਧਿਕਾਰੀ ਜੇਲ੍ਹ 'ਚ ਹੁੰਦੇ ਅਤੇ ਇੱਕ ਵੱਡਾ ਵਿਵਾਦ ਜਿਹੜਾ ਪੈਦਾ ਹੋ ਜਾਂਦਾ ਇਹਨਾਂ ਕਰਕੇ ਸਰਕਾਰ ਨੇ ਜਾਂਚ ਨਹੀਂ ਕਰਾਈ ਜੀ ਮਲਕ ਸਾਹਿਬ ਕਹਿੰਦੇ ਵੀ ਪ੍ਰਧਾਨ ਮੰਤਰੀ ਜਦੋਂ ਇਹ ਘਟਨਾ ਵਾਪਰਦੀ ਆ ਉਦੋਂ ਇੱਕ ਜਿਮ ਕਾਰਬੇਟ ਨੈਸ਼ਨਲ ਪਾਰਕ ਆ ਜੀ ਉੱਥੇ ਕਿਸੇ ਫਿਲਮ ਦੀ ਸ਼ੂਟਿੰਗ ਕਰਦੇ ਸੀ ਜੀ ਕਹਿੰਦੇ ਜਦੋਂ ਉੱਥੋਂ ਬਾਹਰ ਆਏ ਨੇ ਤੇ ਸਤਿਆਪਾਲ ਮਲਕ ਕਹਿੰਦੇ ਫਿਰ ਮੈਨੂੰ ਇਹਨਾਂ ਨੇ ਫੋਨ ਕੀਤਾ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਭਾਈ ਇਹ ਸਾਡੀ ਗਲਤੀ ਦਾ ਘਟਨਾ ਵਾਪਰੀ ਹੈ ਜੀ ਜੇ ਸਾਡੇ ਕੋਲ ਉਹਨਾਂ ਨੇ ਮੰਗੇ ਸੀ ਜਹਾਜ਼ ਮੰਗੇ ਸੀ ਦੇ ਜਾਂਦੇ ਤੇ ਸ਼ਾਇਦ ਇਹ ਘਟਨਾ ਨਾ ਵਾਪਰਦੀ ਤੇ ਆਂਦੇ ਮੈਨੂੰ ਪ੍ਰਧਾਨ ਮੰਤਰੀ ਨੇ ਕਿਹਾ ਤੁਸੀਂ ਚੁੱਪ ਰਹੋ ਇਹਦੇ ਤੇ ਜੀ
ਉਸ ਤੋਂ ਬਾਅਦ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਜਦੋਂ ਮੈਂ ਰਾਜਪਾਲ ਸੀਗਾ ਤੇ ਦੋ ਫਾਈਲਾਂ ਕੱਢਣ ਦੀ 300 ਕਰੋੜ ਦੀ ਪੇਸ਼ਕਸ਼ ਆਈ ਸੀ। ਕਹਿੰਦਾ ਇਹਦੀ CBI ਜਾਂਚ ਕਰਨੀ ਕਰੇ, ਮੈਨੂੰ ਪੁੱਛ ਪੜਤਾਲ ਕਰ ਲਈਏ, ਪਰ ਮੇਰੇ ਰਿਸ਼ਤੇਦਾਰ ਬੰਦ ਕਿਉਂ ਕੀਤਾ ਜਾਂਦਾ ਜੀ? ਮੈਂ ਤੇ ਇੱਕ ਕਿਰਾਏ ਦੇ ਛੋਟੇ ਜਿਹੇ ਕੁਆਟਰ ਦੇ ਵਿੱਚ ਜਿਹਦੇ ਦੋ ਕਮਰੇ ਤੇ ਰਸੋਈ ਬਾਥਰੂਮ ਉੱਥੇ ਰਹਿ ਰਿਹਾ ਵਾਂ। ਪੱਤਰਕਾਰ ਵੀ ਆਉਂਦੇ ਤੇ ਮੈਨੂੰ ਪ੍ਰੋਪਰ ਉਹਨਾਂ ਕੋਲ ਜਗ੍ਹਾ ਬਿਠਾਉਣ ਵਾਸਤੇ ਦੀ ਹੈਗੀ ਤੇ ਮੇਰਾ ਕੋਈ ਵਿਗਾੜ ਜੋ ਕੋਈ ਕੱਖ ਨਹੀਂ ਜੀ। ਲੇਕਿਨ ਮੈਂ ਕੋਈ ਗਲਤ ਨਹੀਂ ਕੀਤਾ ਤੇ ਮੈਂ ਅੱਜ ਵੀ ਕਹਿੰਦਾ ਕਿ 2019 ਦੇ ਵਿੱਚ ਜਿਹੜਾ ਉਹ ਪੁਲਵਾਮਾ ਦਾ ਅਟੈਕ ਹੋਇਆ ਸੀ, ਜੇ ਉਹਦੀ ਜੁਡੀਸ਼ਰੀ ਜਾਂਚ ਕਰਾਈ ਜਾਵੇ, ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਕਰਾਈ ਜਾਵੇ, ਕਿਸੇ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਾਈ ਜਾਵੇ, ਸੱਚਾਈ ਸਾਹਮਣੇ ਆ ਜਾਏਗੀ। ਇਹ ਪੁਲਵਾਮਾ ਅਟੈਕ ਕੀਤਾ ਨਹੀਂ, ਇਹ ਕਰਵਾਇਆ ਗਿਆ ਜੀ ਸਿਰਫ ਚੋਣਾਂ ਜਿੱਤਣ ਵਾਸਤੇ। ਤੇ ਜੇ ਲਾਸ਼ਾਂ ਦੀਆਂ ਪੌੜੀ ਬਣਾ ਕੇ ਅਸੀਂ ਸੱਤਾ ਤੇ ਚੜ੍ਹਨਾ ਤੇ ਫਿਰ ਇਹ ਸਾਡੇ ਦੇਸ਼ ਦੇ ਹਿੱਤ ਵਿੱਚ ਨਹੀਂ ਜੀ। ਪੱਟੀ ਸਾਹਿਬ, ਪੰਜਾਬ ਦੇ ਵਿੱਚ ਜਾਅਲੀ ਸਰਟੀਫਿਕੇਟਾਂ ਤੇ ਲਈ ਨੌਕਰੀ ਦਾ ਜਿਹੜਾ ਮੁੱਦਾ ਹੈਗਾ ਕਾਫੀ ਗਰਮਾਇਆ ਹੋਇਆ, ਇਹ ਕੀ ਹੈ ਜੀ ਪੂਰਾ ਮਾਮਲਾ? ਇਹ ਮਾਮਲਾ ਹੈ ਜੀ, ਜਿਹੜੀ ਸਾਡੀ ਇਸ ਮਹਿਕਮੇ ਦੀ ਸਮਾਜਿਕ ਸੁਰੱਖਿਆ ਦੀ ਬੀਬੀ ਬਲਜੀਤ ਕੌਰ, ਡਾਕਟਰ ਬਲਜੀਤ ਕੌਰ ਜਿਹੜੀ ਆ ਉਹ ਇਹਦੀ ਬਕਾਇਦਾ ਤੌਰ ਤੇ ਮੰਤਰੀ ਜੀ। ਉਹਦੇ ਬਿਹਾਫ ਤੇ ਉਹਨਾਂ ਦੇ ਹਿਸਾਬ ਨਾਲ ਕਰੀਬ ਕਰੀਬ ਉਹਨਾਂ ਕੁਛ ਸ਼ਿਕਾਇਤਾਂ ਪੁੱਜੀਆਂ ਵੀ 3500 ਵਿਅਕਤੀ ਜਿਹੜੇ ਨੇ ਉਹ ਜਾਅਲੀ ਸ਼ਡੂ ST ST ਸਰਟੀਫਿਕੇਟ ਨੌਕਰੀ ਕਰ ਰਹੇ ਪੰਜਾਬ ਦੇ ਵਿੱਚ ਜੀ। ਜਾਅਲੀ ਸਰਟੀਫਿਕੇਟ ਬਣਾਇਆ ਉਹਨਾਂ ਨੇ ਜੀ, ਤੇ ਜਾਅਲੀ ਸਰਟੀਫਿਕੇਟ ਜੇ ਉਹਨਾਂ ਬਣਾਏ ਨੇ ਤੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ। ਤੇ ਬੀਬੀ ਜੀ ਕਹਿੰਦੇ 1300 ਦੀ ਅਸੀਂ ਜਾਂਚ ਕਰ ਲਈ ਹੈ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਬਾਕੀ ਬਿਜ਼ਨਸ ਦੀ ਜਾਂਚ ਦੇ ਦਿਨ ਜੀ ਕਿ ਉਹਨਾਂ ਦੀ ਵੀ ਜਾਂਚ ਹੋ ਜਾਏਗੀ, ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਤੇ ਕਈ ਤੇ ਕਹਿੰਦੇ ਵੀ ਉਹ ਬੜੇ ਉੱਚ ਅਹੁਦੇ ਨੇ ਪਹੁੰਚ ਗਏ ਨੇ, ਚੰਗੀ ਗੱਲ ਆ ਕਿ ਜਿਹੜਾ ਕਿ ਗਲਤ ਕੰਮ ਕਰਦਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਪਰ ਉਹਦੇ ਵਿੱਚ ਇਕੱਲੇ ਦੇ ਖਿਲਾਫ ਨਹੀਂ, ਜਿਹਨਾਂ ਨੇ ਇਹ ਸਰਟੀਫਿਕੇਟ ਬਣਾਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਆ, ਜਿਹਨਾਂ ਨੇ ਬਣਾਇਆ ਬਰਾਬਰ ਦੇ ਕਸੂਰ ਹਨ ਉਹਨਾਂ ਨੂੰ ਉਠਾ ਕੇ ਉਹਨਾਂ ਨੇ ਕਿਵੇਂ ਬਣਾ ਦਿੱਤਾ ਜੀ। ਪਟਵਾਰੀ ਨੇ ਰਿਪੋਰਟ ਕਿਵੇਂ ਕਰਤੀ, ਨੰਬਰਦਾਰ ਨੇ ਰਿਪੋਰਟ ਕਿਵੇਂ ਕਰਤੀ, ਚੌਕੀਦਾਰ ਨੇ ਕਿਵੇਂ ਲਿਖ ਦਿੱਤਾ, ਉਹਨਾਂ ਸਾਰਿਆਂ ਦੀ ਰਿਪੋਰਟ ਲਾਓ ਕਿ ਕਿਹਨੇ ਕਿਹਨੇ ਇਹਦੀ ਜਿਹੜੀ ਸਾਜ਼ਿਸ਼ ਰਚੀ ਸੀ ਇਹ ਬਣਾਏ ਨੇ। ਤੇ ਇੱਕ ਨਹੀਂ 3500 ਵਿਅਕਤੀ ਨੇ, ਜੇ ਕਿਤੇ 3500 ਵਿਅਕਤੀਆਂ ਨੂੰ ਅੱਜ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਤੇ ਇੱਕ ਮੋਰਚਾ ਹੋਰ ਖੁੱਲ ਜਾਏਗਾ ਸਰਕਾਰ ਦੇ ਖਿਲਾਫ। ਮੋਰਚੇ ਤੇ ਅੱਗੇ ਥਾਂ ਥਾਂ ਖੁੱਲੇ ਪਏ, ਇੱਕ ਮੋਰਚਾ ਹੋਰ ਖੁੱਲ ਜਾਏਗਾ ਜੀ ਕਿ ਸਾਡੇ ਨਾਲ ਜਿਆਸਤੀ ਹੋ ਰਹੀ ਹੈ ਜੀ। ਪੱਟੀ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੇ ਵੱਲੋਂ ਕੀਤੀ ਗਈ ਟਿੱਕਾ ਟਿੱਪਣੀ ਲਈ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ ਜੀ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਵੇਲਾ ਹੋ ਰਿਹਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਸਾਡੇ ਨਾਲ ਰਹਿਣਗੇ ਸਵਰਨ ਦਾਨੇਵਾਲੀਆ। ਭੈਣ ਜੀ, ਵਿਆਹ ਲਈ ਕੱਪੜਿਆਂ ਦੀ ਤੇ ਸ਼ੋਪਿੰਗ ਹੋ ਗਈ ਲਾਜਵਾਬ, ਪਰ ਜਵੈਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜਵੈਲਰ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ। ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ, ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੁੱਟ ਐਵੀਨਿਊ ਸਾਊਥ ਈਸਟ ਕੈਂਟ। ਕੁਇਕ ਟਰੱਕ ਲੂਬ ਹਰ ਸਾਲ ਦੀ ਤਰ੍ਹਾਂ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ 15 ਜੂਨ ਨੂੰ ਆਪਣੀ ਨੈਪਨੀ ਲੋਕੇਸ਼ਨ ਤੇ ਟਰੱਕ ਆਇਲ ਚੇਂਜ ਤੇ ਦੇਣਗੇ $75 ਦਾ ਡਿਸਕਾਊਂਟ। ਜੀ ਹਾਂ, ਸਹੀ ਸੁਣਿਆ, $75 ਦਾ ਡਿਸਕਾਊਂਟ, ਫ੍ਰੀ ਟਰੱਕ ਗ੍ਰੀਸ, ਫ੍ਰੀ ਬਾਰਬਿਕਿਊ ਅਤੇ ਨਾਲ ਹੀ ਮਿਲੋ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦਿਆਂ ਨੂੰ। ਤਾਂ ਫਿਰ ਪਹੁੰਚੋ 15 ਜੂਨ ਨੂੰ ਕੁਇਕ ਟਰੱਕ ਲੂਬ, ਐਗਜ਼ਿਟ 579 ਹਾਈਵੇ 401 ਅਤੇ ਪਾਓ $75 ਦਾ ਡਿਸਕਾਊਂਟ। 519-622-0660 519-622-0660 ਕੁਇਕ ਟਰੱਕ ਲੂਬ, ਨਾਪਨੀ ਲੋਕੇਸ਼ਨ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ
फ्यूल स्टॉप अर्लिंगटन फ्यूल स्टॉप 1801 पाइनियर स्ट्रीट हाईवे एग्जिट 208 ते जिथे तुहानू फ्री कॉफी फ्री फैक्स सर्विस फ्री ट्रक पार्किंग रोटी ठेका लॉन्ड्री शावर ते ट्रकां दा होर भी सामान आसानी नाल मिलेगा हुणे कॉल करो 360-652-6066 यानी 360-652-6066 ए दो लोकेशनां तों सेवावां प्रदान करदे ने सेकंड लोकेशन लॉस्ट हिल ट्रैवल सेंटर 14814 एलोम स्ट्रीट लॉस्ट हिल्स फोन नंबर 6017947 54